ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਭਾਈ ਹਰਸਿਮਰਨ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਾਲੇ ਮੌਜੂਦ ਨੇ। ਜਦੋਂ ਅਕਾਲੀ ਦਲ ਦੇ ਲੀਡਰਾਂ ਨੂੰ ਸੁਧਾਰ ਲਹਿਰ ਵਾਲੇ ਕਹਿ ਲਓ ਜਾਂ ਸੁਖਬੀਰ ਬਾਦਲ ਦਾ ਧੜਾ ਕਹਿ ਲਓ, ਇਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਮੀਟਿੰਗ ਹੋਈ। ਸਿੰਘ ਸਾਹਿਬਾਨ ਨੇ ਸਿੱਖ ਵਿਦਵਾਨਾਂ ਨੂੰ ਸੱਦਿਆ ਸੀ, ਉਹਦੇ ਵਿੱਚ ਭਾਈ ਹਰਸਿਮਰਨ ਸਿੰਘ ਜੀ ਵੀ ਮੌਜੂਦ ਸੀ। ਸਾਡੀ ਉਦੋਂ ਵੀ ਇਹਨਾਂ ਨਾਲ ਗੱਲਬਾਤ ਹੋਈ ਸੀ। ਹੁਣ ਗੱਲਬਾਤ ਕਰਨ ਦਾ ਮਕਸਦ ਇਹ ਆ ਕਿ ਜੋ ਫੈਸਲਾ ਆਇਆ ਉਹਦੇ ਬਾਰੇ ਸਿੱਖ ਵਿਦਵਾਨ ਕੀ ਸਮਝਦੇ ਨੇ ਜਾਂ ਉਹਦੇ ਭਵਿੱਖੀ ਨਤੀਜੇ ਕੀ ਨਿਕਲ ਸਕਦੇ ਨੇ। ਉਹਦੇ ਵਿੱਚ ਉਹ ਅਕਾਲੀ ਦਲ ਦੀ ਸਿਆਸਤ ਜਾਂ ਬਾਦਲ ਪਰਿਵਾਰ ਦੀ ਸਿਆਸਤ ਜਾਂ ਪਰਿਵਾਰਕ ਸਿਆਸਤ ਜਾਂ ਬਹੁਤ ਸਾਰੇ ਸਵਾਲ ਨੇ ਜਿਹੜੇ ਸ਼ਾਇਦ ਸਾਡੇ ਮਨ ਦੇ ਵਿੱਚ ਵੀ ਮਤਲਬ ਕਿ ਨਾ ਹੋਣ, ਉਹ ਇਹਨਾਂ ਦੇ ਮਨ ਵਿੱਚ ਉੱਭਰ ਰਹੇ ਹੋਣਗੇ। ਅਸੀਂ ਉਹਨਾਂ ਨੂੰ ਤਲਾਸ਼ਣਾ ਚਾਹਵਾਂਗੇ, ਉਹਨਾਂ ਦੇ ਜਵਾਬ ਤਲਾਸ਼ਣਾ ਚਾਹਵਾਂਗੇ। ਚਰਚਾ ਨੂੰ ਅਸੀਂ ਅੱਗੇ ਵਧਾਉਂਦੇ ਹਾਂ। ਭਾਈ ਸਾਹਿਬ, ਸਵਾਗਤ ਹੈ ਜੀ। ਬੋਲਣ ਧੰਨਵਾਦ ਜੀ। ਧੰਨਵਾਦ ਸੁਖਵਿੰਦਰ ਜੀ। ਵਾਹਿਗੁਰੂ ਖਾਲਸਾ ਫਤਿਹ ਜੀ। ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਜੋ ਤੁਸੀਂ ਇਸ ਫੈਸਲੇ ਦੇ ਆਉਣ ਤੋਂ ਬਾਅਦ ਸੋਚਿਆ ਜਾਂ ਜੋ ਐਕਸਪੈਕਟ ਕੀਤਾ, ਜੋ ਬੰਦਾ ਸੋਚਦਾ ਮਤਲਬ ਵਿਦਵਾਨ ਤੌਰ ਦੇ ਉੱਤੇ, ਜੋ ਸਿੱਖ ਵਿਦਵਾਨ ਸੋਚਦੇ ਸੀ ਉਦੋਂ ਮੀਟਿੰਗਾਂ ਹੋਈਆਂ, ਜੋ ਤੁਸੀਂ ਆਪਣੀ ਰਾਏ ਰੱਖੀ ਜਾਂ ਜੋ ਤੁਹਾਡਾ ਮੰਨਣਾ ਸੀ ਕਿ ਕਿਵੇਂ ਸਿਆਸੀ ਤੌਰ ਦੇ ਉੱਤੇ ਜਾਂ ਧਾਰਮਿਕ ਤੌਰ ਦੇ ਉੱਤੇ ਸਜ਼ਾ ਹੋਣੀ ਚਾਹੀਦੀ ਹੈ, ਤੁਸੀਂ ਹੁਣ ਇਸ ਫੈਸਲੇ ਬਾਰੇ ਕੀ ਸੋਚਦੇ ਹੋ ਉਹ ਦੱਸਿਓ, ਫਿਰ ਅੱਗੇ ਦੀ ਅੱਗੇ ਹੋਰ ਸਵਾਲ ਕਰਾਂਗੇ। ਸੁਖਵਿੰਦਰ ਜੀ, ਗੱਲ ਬੜੀ ਸਪਸ਼ਟ ਸੀਗੀ ਇਸ ਤੋਂ ਪਹਿਲਾਂ ਵੀ, ਤੇ ਜੋ ਕੱਲ ਅੰਮ੍ਰਿਤਸਰ ਅਕਾਲ ਤਖ਼ਤ ਸਾਹਿਬ ਸਾਹਮਣੇ ਵਾਪਰਿਆ ਤੇ ਹੁਣ ਜੋ ਅੱਜ ਦੇ ਜੋ ਰਿਐਕਸ਼ਨ ਆ ਰਹੇ ਨੇ, ਇਸ ਤੋਂ ਅਗਲਾ ਕਿਹੜਾ ਸਫ਼ਰ ਹੈ, ਇਹ ਤਿੰਨ ਇੱਕ ਤਿਕੋਣ ਦੀਆਂ ਇੱਕ ਤਿਕੋਣ ਬਣ ਜਾਂਦੀ ਹੈ। ਪਿਛਲਾ ਸਮਾਂ, ਕੱਲ ਦਾ ਜਿਹੜਾ ਕੱਟ ਆਫ ਪੁਆਇੰਟ, ਜਿਹੜਾ ਨਿਖੇੜ ਬਿੰਦੂ ਕਹਿ ਸਕਦੇ ਹਾਂ ਅਸੀਂ 2 ਦਸੰਬਰ ਦਾ, ਤੇ ਆਉਣ ਵਾਲੇ ਸਮੇਂ ਦੀ ਜਿਹੜੀ ਟ੍ਰਾਇੰਗਲ ਹੈ ਹੁਣ ਕੀ ਬਣ ਰਹੀ ਹੈ। ਅਸੀਂ ਜੋ ਮਹਿਸੂਸ ਕਰਦੇ ਹਾਂ ਨਾ ਸੁਖਵਿੰਦਰ ਜੀ, ਸਭ ਤੋਂ ਪਹਿਲਾਂ ਇਹ ਸਾਡਾ ਇੱਕ ਗੱਲ ਮੈਂ ਭਾਵਨਾ ਸਪਸ਼ਟ ਕਰ ਰਿਹਾ ਕਿ ਸਾਡੀ ਕੋਈ ਕਿਸੇ ਪ੍ਰਤੀ ਕੋਈ ਮੈਲਾਫਾਈਡ ਇੰਟੈਂਸ਼ਨ ਨਹੀਂ ਹੈ, ਕੋਈ ਮਾੜੀ ਨੀਤ ਨਹੀਂ ਹੈ ਕਿਸੇ ਦਲ ਬਾਰੇ ਜਾਂ ਕਿਸੇ ਵਿਅਕਤੀ ਬਾਰੇ ਜਾਂ ਉਹਦੀਆਂ ਨੀਤੀਆਂ ਬਾਰੇ, ਸਾਰਾ ਕੁਛ ਹੀ ਕੀ ਹੈ। ਪਰ ਸਾਡਾ ਮੰਨਣਾ ਇਹ ਸੀਗਾ ਸੁਖਵਿੰਦਰ ਜੀ ਕਿ ਜੋ ਕੁਛ ਵੀ ਪਿਛਲੇ ਸਮਿਆਂ ਦੇ ਵਿੱਚ ਰਾਜਨੀਤੀ ਪਿਛਲੇ 30-35 ਸਾਲ ਤੋਂ ਚੱਲਦੀ ਆ ਰਹੀ ਹੈ, ਖਾਸ ਤੌਰ 1996 ਤੋਂ ਬਾਅਦ, ਪਿਛਲਾ ਸਮਾਂ ਲਈਏ ਤਾਂ 1978 ਨੂੰ ਬਣ ਜਾਂਦੀ ਸਾਰੀ ਗੱਲ ਜਿਹੜੀ ਹੈ, ਕਿਉਂਕਿ ਉਦੋਂ ਸਰ ਪ੍ਰਕਾਸ਼ ਸਿੰਘ ਬਾਦਲ ਸੱਤਾ 'ਚ ਸੀ। ਇੱਕ ਬੜਾ ਵੱਡਾ ਘਟਨਾ ਅੰਮ੍ਰਿਤਸਰ ਵਾਪਰੀ ਸੀ, ਸਿੰਘ ਸ਼ਹੀਦ ਹੋਏ ਸੀਗੇ, ਨਰਕਾਰੀਆਂ ਨਾਲ ਕਲੈਸ਼ ਹੋਇਆ ਸੀ, ਬੜਾ ਕੁਛ ਹੋਇਆ ਸੀ, ਉਹਦਾ ਸਾਰਾ ਨਤੀਜੇ ਨਿਕਲੇ, ਉਹਦਾ ਧਰਮਯੁੱਧ ਮੋਰਚਾ ਹੋਇਆ, 84 ਦਾ ਸਾਰਾ ਵੱਖਰਾ ਇੱਕ ਪਲਾਟ ਬਣਿਆ। ਜਿਹੜੀ ਸਾਡੀ ਸਥਿਤੀ ਸੀ ਨਾ, ਸੋਚਣ ਦਾ ਸਾਡਾ ਪੈਰਾਡਾਈਮ ਸੀਗਾ, ਉਹ ਸੀ ਕਿ ਇਹਨਾਂ ਦੀ ਜਿਹੜੀ ਰਾਜਨੀਤੀ ਹੈ ਜਾਂ ਇਹਨਾਂ ਦੀ ਜੋ ਸੋਚ ਹੈ ਜਾਂ ਇਹਨਾਂ ਦੀ ਨੀਤੀਆਂ ਨੇ ਸੱਤਾ ਵਿੱਚ ਆ ਕੇ, ਉਹ ਸੱਤਾ ਵਿੱਚ ਆ ਕੇ ਕੀ ਪੰਥਕ ਜਿਹੜੇ ਹਿੱਤ ਨੇ ਉਹ ਅੱਗੇ ਵੱਧ ਰਹੇ ਨੇ। ਕੱਲ ਜਥੇਦਾਰ ਸਾਹਿਬ ਨੇ ਇਸ ਗੱਲ ਬੜੇ ਕੈਟਾਗੋਰੀਕਲੀ ਕਿਹਾ ਕਿ ਤੁਹਾਡੀ ਜਿਹੜੀ ਰਾਜਨੀਤੀ ਜਾਂ ਤੁਹਾਡੀ ਜਿਹੜੀ ਸੱਤਾ ਰਹੀ ਹੈ ਉਸ ਵਿੱਚ ਜਿਹੜੇ ਪੰਥਕ ਹਿੱਤ ਨੇ ਉਹਨਾਂ ਨੂੰ ਨੁਕਸਾਨ ਪਹੁੰਚਿਆ। ਇਹ ਬੜਾ ਵੱਡਾ ਕੁਐਸਚਨ ਹੈ, ਇਹਦੇ ਦੁਆਲੇ ਸਾਰਾ ਕੁਛ ਘੁੰਮਦਾ ਹੈ। ਦੇਖੋ, ਦੋ ਤਰੀਕੇ ਨਾਲ ਸੰਘਰਸ਼ ਜਿਹੜਾ ਲੜਿਆ ਜਾਂਦਾ ਹੈ ਜਾਂ ਪ੍ਰਾਪਤੀਆਂ ਕੀਤੀਆਂ ਜਾਂਦੀਆਂ, ਕਿਉਂਕਿ ਬੇਸਿਕਲੀ ਸਿੱਖ ਜਿਹੜੇ ਨੇ ਇੱਕ ਵਿਕਟੀਮਾਈਜ਼ਡ ਕਮਿਊਨਿਟੀ ਹੈ। ਆਪਣਾ 47 ਦੇ ਪਿੱਛੇ ਨਾ ਵੀ ਜਾਈਏ, ਸਾਡਾ ਬਹੁਤ ਕੁਛ ਪਾਉਣਾ ਵਾਪਰਿਆ ਪੰਜਾਬੀ ਸੂਬੇ ਦੇ ਮੋਰਚੇ ਦੇ ਵਿੱਚ, ਜਿਸ ਤੋਂ ਬਾਅਦ ਜਿਹੜੀ ਪੰਥਕ ਰਾਜਨੀਤਿਕ ਪਾਸੇ ਚਲੀ ਗਈ, ਜਿਹੜੀ ਸੰਤ ਫਤਿਹ ਸਿੰਘ ਦਾ ਜਿਹੜਾ ਸੋਚ ਰਾਜਨੀਤੀ 'ਚ ਅੱਗੇ ਆ ਗਈ, ਉਹਦੇ ਸਾਰੇ ਵਾਰਸ ਨੇ ਸਾਰੇ, ਜਿਹੜੇ ਆਪਾਂ ਹੈਡਡ ਬਾਈ 9 ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ। ਹੁਣ ਸਾਡਾ ਮੰਨਣਾ ਇਹ ਸੀਗਾ ਕਿ ਸੱਤਾ ਦੇ ਰਾਹੀਂ, ਸੱਤਾ ਤਾਂ ਲੋਕਾਂ ਨੇ ਦਿੱਤੀ,
92 ਦੇ ਵਿੱਚ ਜਿਹੜੀ ਜੋ ਬੇਅੰਤ ਸਿੰਘ ਦੀ ਸਰਕਾਰ ਬਣੀ ਉਹਦੇ ਜ਼ੁਲਮ ਜ਼ੁਰਮ ਹੋਏ ਉਹਦਾ ਜਿਹੜਾ ਲੋਕ ਤਰ੍ਹਾਂ ਤਰ੍ਹਾਂ ਕਰ ਉੱਠੇ ਅਤੇ ਔਰ ਲੋਕਾਂ ਦੀ ਇਹ ਆਸ ਸੀਗੀ ਕਿ ਮਤਲਬ ਜਦੋਂ ਕਿ ਹੋਰ 99 ਦਾ ਤਜਰਬਾ ਵੀ ਕਰ ਲਿਆ, 92 'ਚ ਰਾਜਨੀਤੀ ਜਿਹੜੀ ਸੀ ਉਹ ਨਹੀਂ ਬਣ ਸਕੀ, 91 ਦਾ ਚੋਣਾਂ ਜਿਹੜੀਆਂ ਸੀ ਉਹ ਕੈਂਸਲ ਹੋ ਗਈਆਂ, 92 'ਚ ਬਾਈਕਾਟ ਕਰ ਦਿੱਤਾ ਗਿਆ। ਸੋ ਉਸ ਸਮੇਂ 93-97 'ਚ ਬੜੀ ਤਰ੍ਹਾਂ ਤਰ੍ਹਾਂ ਹੋ ਰਹੀ ਸੀ ਕਿ ਇਸ ਤਰੀਕੇ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਸੱਤਾ ਆ ਜਾਵੇ, ਅਸੀਂ ਖੁਦ ਇਸ ਵਾਸਤੇ ਕੰਮ ਕੀਤਾ। ਜਦੋਂ ਉਹ ਆ ਕੇ ਉਹ ਜੋ ਕੁਛ ਵੀ ਆਸਾਂ ਰੱਖੀਆਂ ਜਾਂਦੀਆਂ ਸੀਗੀਆਂ ਕਿ ਜੋ ਵੀ ਘਟਨਾਵਾਂ ਵਾਪਰੀਆਂ ਜਾਂ 25,000 ਜਿਹੜੀ ਲਾਸ਼ਾਂ ਗੁੰਮ ਹੋਈਆਂ ਜਾਂ ਜੋ ਕੁਛ ਜਬਰ ਜ਼ੁਲਮ ਹੋਇਆ, ਉਸ ਬਾਅਦ ਕੋਈ ਇਨਸਾਫ਼ ਮਿਲੇਗਾ। ਇਨਸਾਫ਼ ਕੀ ਹੁੰਦਾ ਜੀ ਕਿ ਜੋ ਜਿਹੜੇ ਦੋਸ਼ੀ ਨੇ ਉਹ ਆਈਡੈਂਟੀਫਾਈ ਹੋ ਜਾਣ, ਉਹਨਾਂ ਨੂੰ ਸਜ਼ਾਵਾਂ ਮਿਲ ਜਾਣ, ਅਤੇ ਜੋ ਵਿਕਟਿਮ ਲੋਕ ਨੇ ਉਹਨੂੰ ਕੋਈ ਮਾੜਾ ਮੋਟਾ ਰਾਹਤ ਮਿਲ ਜਾਏ, ਅਤੇ ਰਾਜਨੀਤੀ ਜਿਸ ਉਦੇਸ਼ਾਂ ਵਾਸਤੇ ਉਹ ਜਿਹੜੀ ਸੰਘਰਸ਼ ਲੜਿਆ ਗਿਆ ਉਹ ਅੱਗੇ ਵਧੇ। ਦੈਟ ਮੀਨਸ ਕਿ ਪੰਥਕ ਹਿੱਤਾਂ ਦੀ ਰੱਖਿਆ, ਅਕਾਲੀ ਦਲ ਬਣਿਆ ਵੀ ਸਥਿਤੀ ਸੀਗਾ, ਅਕਾਲੀ ਦਲ ਦੀ ਬੁਨਿਆਦ ਦਾ ਮੁੱਖ ਮੁੱਦਾ ਹੀ ਇਹ ਸੀਗਾ ਕਿ ਟੂ ਪ੍ਰੋਟੈਕਟ ਪੰਥਕ ਇੰਟਰਸਟ। ਔਰ ਇਹਨਾਂ ਸਾਰੇ ਸਾਡੇ ਮੁੱਦੇ ਨੇ ਸਿੱਖ ਪੰਥ ਦੇ ਜੋ ਅੰਗਰੇਜ਼ਾਂ ਦੇ ਖਿਲਾਫ਼ ਲੜਦੇ ਸੀਗੇ, ਜਦੋਂ ਰਾਜ ਚਲਾ ਗਿਆ ਸੀ ਉਹਦੀ ਐਡਵਾਂਸਮੈਂਟ ਕਰਕੇ ਇਹ ਸੱਤਾ ਰਾਹੀਂ ਆਸ ਸੀ ਬਣ ਗਈ ਵੀ ਸੀ। ਪਰ ਉੱਥੇ ਆ ਕੇ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਟਪਲਾ ਖਾ ਗਈ, ਅਤੇ ਉਹਨਾਂ ਨੇ ਜਿਵੇਂ ਰਾਜਨੀਤੀ ਜਿਵੇਂ ਭਾਜਪਾ ਨੇ ਸਮਝੌਤਾ ਦੇ ਸਪੋਰਟ ਕਰ ਦਿੱਤਾ, ਬਿਨਾਂ ਮੰਗਿਆ ਬਿਨਾਂ ਕਿਸੇ ਕੰਡੀਸ਼ਨ ਦੇ ਉਹ ਜਿਹੜਾ ਸੀਗਾ ਉਹਨਾਂ ਨੇ ਸਮਰਥਨ ਦੇ ਦਿੱਤਾ। ਰਾਜਨੀਤੀ 'ਚ ਕੀ ਹੁੰਦਾ ਭਾਈ ਸਾਹਿਬ ਕਿ ਜਦੋਂ ਤੁਸੀਂ ਕਿਸੇ ਤਰੀਕੇ ਨਾਲ ਆਪਣੀਆਂ ਮੰਗਾਂ ਮੰਗਵਾਉਣੀਆਂ ਨੇ ਨਾ ਜੀ, ਤਾਂ ਜਿਹੜੇ ਸਾਡੇ ਦੁਸ਼ਮਣ ਵਿਰੋਧੀ ਨੇ ਜਿਹਨਾਂ ਨਾਲ ਲੜਦੇ ਤੁਸੀਂ, ਉਹਨਾਂ ਦੀ ਲੋੜ ਬਣਨੀ ਲੋੜ ਬਣ ਜਾਂਦੀ ਹੁੰਦੀ ਸੀ, ਉਹਨਾਂ ਦੀ ਲੋੜ ਬਣਦੀ ਸੀ ਕਿ ਉਹਨਾਂ ਦੀ ਸਾਨੂੰ ਸਪੋਰਟ ਦੀ ਲੋੜ ਸੀ, ਸਪੋਰਟ ਦੀ ਲੋੜ ਹੋਣ ਕਰਕੇ ਜਾਂ ਉਹਨਾਂ ਦੀ ਮਜਬੂਰੀ ਸੀ ਸਾਡੀ ਵੀ ਜਿਹੜੀ ਲੋੜ ਸੀ ਕਿਸੇ ਪ੍ਰਾਪਤ ਕਰਨਾ ਹੈ, ਤਾਂ ਉਸ ਵਾਸਤੇ ਜਦੋਂ ਦੁਸ਼ਮਣ ਕਣਕੀ 'ਚ ਫਸਿਆ ਹੋਵੇ ਨਾ ਜੀ, ਤਾਂ ਉਦੋਂ ਉਹ ਗੱਲਾਂ ਮਨਵਾਉਣੀਆਂ ਪੈਂਦੀਆਂ। ਇਹ ਮਮਤਾ ਬੈਨਰਜੀ ਵੀ ਕਰਦੀ ਆ ਰਹੀ ਹੈ, ਸੋਸਟੇਟ ਵੀ ਕਰਦੀਆਂ ਆ ਰਹੀਆਂ ਨੇ, ਲਾਲੂ ਪ੍ਰਸ਼ਾਦ ਯਾਦਵ ਤੇ ਨਿਤਿਸ਼ ਕੁਮਾਰ ਵੀ ਕਰਦੇ ਆ ਰਹੇ ਨੇ, ਸਾਰੇ ਕਰਦੇ ਨੇ, ਸਾਰੀ ਕੋਈ ਗੱਲਬਾਤ ਦੋ ਮਹਿਣਾ ਨਹੀਂ ਹੈਗਾ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਬਿਨਾਂ ਸ਼ਰਤ ਚੰਡੀਗੜ੍ਹ ਤੋਂ ਸਮਝੌਤਾ ਦੇ ਕੇ ਸਮਰਥਨ ਦੇ ਕੇ ਇੱਕ ਨਵੀਂ ਲੀਹ ਪਾ ਦਿੱਤੀ। ਉਹ ਬਿਟਰੇਲ ਸੀਗੀ। ਫਿਰ ਟਰੁੱਥ ਕਮਿਸ਼ਨ ਜਿਹੜਾ ਰੀਕਨਸਲੀਏਸ਼ਨ ਕਮਿਸ਼ਨ ਹੁੰਦਾ ਉਹ ਨਹੀਂ ਸਾਬਤ ਕੀਤਾ, ਦੋਸ਼ੀਆਂ ਆਈਡੈਂਟੀਫਾਈ ਨਹੀਂ ਕੀਤੀ। ਸੋ ਮੈਂ ਗੱਲ ਕਹਿਣ ਦਾ ਭਾਵ ਕੀ ਹੈ ਕਿ ਜੋ 96 ਤੋਂ ਦੂਜੀ ਇਸ ਤੋਂ ਪਹਿਲਾਂ ਪੰਜਾਬੀ ਪਾਰਟੀ ਬਣਾ ਗਈ, ਜਿਹਨੇ ਕਿ ਪੰਥਕ ਹਿੱਤਾਂ ਦੇ ਪੰਥਕ ਇੰਟਰਸਟ ਪੰਥਕ ਮੁੱਦੇ ਜਿਹੜੇ ਉਹਨਾਂ ਨੂੰ ਪਿੱਠ ਕਰ ਲਈ ਐਜ਼ ਹਰਪ੍ਰੀਤ ਸਿੰਘ ਸੀ। ਸੋ ਇਸ ਕਰਕੇ ਸਾਡਾ ਕੰਸਰਨ ਇਹ ਸੀਗਾ, ਅਸੀਂ ਦੇਖੋ ਆਪ ਖੁਦ ਸੰਘਰਸ਼ੀ ਰਾਜਨੀਤੀ ਰਹੇ ਹਾਂ, ਪੰਥਕ ਮੁੱਦਿਆਂ ਲਈ ਲੜਦੇ ਰਹੇ ਆ ਰਹੇ ਹਾਂ, ਫਰੋਮ 76 ਤੋਂ ਲੜਦੇ ਆ ਰਹੇ ਹਾਂ। ਸੋ ਮੈਂ ਮਹਿਸੂਸ ਕਰਦਾ ਕਿ ਵਿਦਵਾਨਾਂ ਦੇ ਤੌਰ 'ਤੇ ਜੋ ਪੰਥ ਦੇ ਤੌਰ 'ਤੇ ਸੋਚਦੇ ਨੇ ਉਹ ਇਹ ਸੀਗਾ ਕਿ ਜੋ ਅਕਾਲੀ ਦਲ ਸੱਤਾ ਵਿੱਚ ਆਉਂਦਾ ਹੈ ਜਾਂ ਸੱਤਾ ਤੋਂ ਬਾਹਰ ਰਹਿੰਦਾ ਹੈ ਇਹ ਸਾਡੇ ਇੰਟਰਸਟ ਸੂਰਬਾਜ ਕਰੇ, ਉਹ ਨਹੀਂ ਹੋਇਆ ਜੀ। ਅੱਜ ਜੋ ਕੁਛ ਵੀ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਹੋਇਆ ਜਾਂ ਉਸ ਤੋਂ ਬਾਅਦ ਜੋ 2007 'ਚ ਸਰਕਾਰ ਬਣੀ, ਫਿਰ ਰਾਮ ਰਹੀਮ ਦਾ ਮੁੱਦਾ ਆਇਆ, ਇਹ ਸਾਰਾ ਜਿਹੜਾ ਡੇਰਾਵਾਦੀ ਦਾ ਮੁੱਦਾ ਹੈਗਾ, ਜਿਹੜਾ ਐਂਟੀ ਸਿੱਖ ਸੈਂਟੀਮੈਂਟਸ ਰੱਖਦਾ ਹੈ, ਉਸ ਦਾ ਜਿਹੜਾ ਇੱਕ ਬੇਸਿਕ ਕਾਰਨ ਬਣ ਗਿਆ ਕਿ ਜੋ ਉਹਨਾਂ ਨੇ ਸੱਤਾ ਦੇ ਵਿੱਚ ਰਾਜਨੀਤੀ ਦੇ ਵਿੱਚ ਵੋਟਾਂ ਲੈਣ ਦੀ ਰਾਜਨੀਤੀ ਖੇਡੀ ਨਾ ਜੀ, ਉਹ ਉੱਥੇ ਆ ਕੇ ਮਰ ਖਾ ਗਏ। ਦੇਖੋ ਦੋ ਗੱਲਾਂ ਹੁੰਦੀਆਂ ਭਾਈ ਸਾਹਿਬ ਜੀ, ਕਿ ਤੁਸੀਂ ਦੇਖੋ ਠੀਕ ਹੈ ਰੂਟ ਰਾਜਨੀਤੀ 'ਚ ਹੈਗੇ ਹਾਂ ਅਸੀਂ, ਦੂਜੀਆਂ ਪਾਰਟੀਆਂ ਵੀ ਹੈਗੀਆਂ ਨੇ, ਕਾਂਗਰਸ ਵੀ ਹੈ, ਬੀਜੇਪੀ ਵੀ ਹੈ, ਸਾਰੀ ਹੈਗੀਆਂ ਨਾ ਜੀ। ਤੁਹਾਡਾ ਵੋਟ ਸ਼ੇਅਰ ਵੋਟ ਬੈਂਕ ਕਿੱਥੇ ਖੜਾ ਹੈ? ਤੁਹਾਡਾ ਵੋਟ ਜਿਹੜਾ ਕੰਸਟੀਚੁਐਸੀ ਕੀ ਹੈ? ਉਹ ਕੰਸਟੀਚੁਐਸੀ ਤੁਹਾਡੀ ਸੀ ਕਿਸਾਨ, ਉਹ ਕੰਸਟੀਚੁਐਸੀ ਸਾਡੀ ਪੰਥਕ ਵੋਟ ਪੰਥਕ ਧਾਰਾ, ਔਰ ਸਾਰੇ ਜਿਹੜੇ ਲੋਕ ਨੌਜਵਾਨ ਨੇ, ਬੀਬੀਆਂ ਨੇ, ਪੰਜਾਬ ਦੇ ਜਿਹੜੀ ਰਾਖੀ ਕਰਨ ਵਾਸਤੇ ਪੰਜਾਬ ਨਾਲ ਜਿਹੜੇ ਪਿਆਰ ਕਰਨ ਵਾਲੇ, ਕਿ ਸਾਡੀ ਸੁਭਾਈ ਪਾਰਟੀ ਆਪਣੀ ਹੋਵੇ। ਆਪਣੇ ਤੇ ਬੇਗਾਨੇ ਦਾ ਬੜਾ ਫਰਕ ਹੁੰਦਾ ਜੀ, ਕਾਂਗਰਸ ਬੀਜੇਪੀ ਆਮ ਆਦਮੀ ਬੇਗਾਨੀ ਨਜ਼ਰ ਆਉਂਦੀ, ਕੋਈ ਦਿੱਲੀ ਤੋਂ ਚੱਲਦੇ ਨੇ, ਆਪਣੀ ਪਾਰਟੀ ਅੰਮ੍ਰਿਤਸਰ ਚੱਲਦੀ ਹੈ। ਸੋ ਇਸ ਵਾਸਤੇ ਜਿਹੜੀ ਉਹ ਸਾਰੀ ਧਾਰਾ ਸੀ ਨਾ ਜੀ, ਉਸ ਧਾਰਾ ਵੱਲ ਮੁੱਖ ਨਾ ਕਰਕੇ ਲੋਕਾਂ ਦੀਆਂ ਵੋਟਾਂ ਲੈਣ ਵਾਸਤੇ, ਜਿਹੜੇ ਕਿ ਸਾਡੇ ਐਂਟੀ ਨੇ, ਉਹਨਾਂ ਦੀ ਵੋਟਾਂ ਲੈਣ ਵਾਸਤੇ ਜੋੜ ਤੋੜ ਕੀਤਾ ਗਿਆ।
ਇਹ ਜੋ ਸਾਰੀ ਤੁਸੀਂ ਦੇਖਦੇ ਹੋ ਜੋ ਕੁਛ ਵੀ ਕੱਲ ਵਾਪਰਿਆ, ਜਥੇਦਾਰ ਸਾਹਿਬ ਬੁਲਾਉਣਾ, ਮਾਫ ਕਰਨਾ, ਔਰ ਲੈਟਰ ਦੇਣਾ, ਔਰ ਫਿਰ ਉਸ ਤੋਂ ਬਾਅਦ ਜਿਹੜੇ ਸਾਰਾ ਇਸ਼ਤਿਹਾਰ ਦੇਣ, ਇਹ ਸਾਰਾ ਉਸ ਦਾ ਇੱਕ ਤਰ੍ਹਾਂ ਦਾ ਬ੍ਰੇਨ ਚਾਈਲਡ ਉਹ ਹੈ। ਉਸ ਬ੍ਰੇਨ ਚਾਈਲਡ ਜਿਹੜਾ ਅੱਗੇ ਵਧਿਆ, ਉਹ ਸਾਰੇ ਨਤੀਜੇ ਨਿਕਲੇ ਜੀ। ਕੀ ਹੁਣ ਚੰਗਾ ਹੁੰਦਾ ਕਿ ਪ੍ਰਕਾਸ਼ ਸਿੰਘ ਬਾਦਲ 96 ਜਦੋਂ ਸੱਤਾ 97 ਸੱਤਾ 'ਚ ਆਏ ਸੀਗੇ ਤਾਂ ਸਾਰਾ ਪੰਥ ਨੂੰ ਨਾਲ ਜੋੜਦੇ ਔਰ ਪੰਥਕ ਭਾਵਨਾਵਾਂ ਨੂੰ ਨਾਲ ਲੈ ਕੇ, ਜਿਵੇਂ ਜਥੇਦਾਰ ਸਾਹਿਬ ਨੇ ਕੱਲ੍ਹ ਕੀਤਾ, ਇਹ ਮੈਂ ਅੱਗੇ ਆਵਾਂਗੇ ਜਿੰਦੀ ਜੀਵਦੀ ਜਾਗਤੀ ਮਿਸਾਲ ਸਾਡੇ ਸਾਹਮਣੇ ਕੱਲ੍ਹ ਪੇਸ਼ ਹੋ ਗਈ ਕਿ ਜੋ ਪੰਥਕ ਭਾਵਨਾਵਾਂ ਨੂੰ ਪ੍ਰਗਟਾਵਾ ਜਥੇਦਾਰ ਸਾਹਿਬ ਨੇ ਕੀਤਾ। ਚੰਗਾ ਹੁੰਦਾ ਜੇਕਰ ਰਾਜਨੀਤੀ ਸਾਡੀ ਇਸ ਤਰ੍ਹਾਂ ਕਰ ਰਹੀ, SGPC ਇਸ ਤਰ੍ਹਾਂ ਕਰ ਰਹੀ। ਸੋ ਮੈਂ ਮਹਿਸੂਸ ਕਰਦਾ ਭਾਈ ਸਾਹਿਬ ਕਿ ਜੋ ਅਸੀਂ ਜਵਾਨਾਂ ਨੇ ਸੋਚਿਆ ਔਰ ਉਸ ਅਨੁਸਾਰ ਲਗਾਤਾਰ ਕੰਮ ਕੀਤਾ, ਜਥੇਦਾਰ ਸਾਹਿਬ ਨੂੰ ਵੀ ਮਿਲੇ ਉਸ ਤੋਂ ਪਹਿਲਾਂ ਸਾਰੇ, ਚਾਹੇ ਲਿਖਤੀ ਰੂਪ 'ਚ ਚਾਹੇ ਸੋਸ਼ਲ ਮੀਡੀਆ ਰਾਹੀਂ ਜਿਵੇਂ ਵੀ ਕੀਤਾ, ਉਹ ਮੈਂ ਮਹਿਸੂਸ ਕਰਦਾ ਕਿ ਇਹ ਜੋ ਉਹ ਰਾਜਨੀਤੀ ਅਲਟੀਮੇਟ ਅਲਟੀਮੇਟ ਗੱਲ ਕੀ ਬਣ ਗਈ ਕਿ ਅੱਜ ਲੋੜ ਆ ਗਈ ਕਿ ਇਹਨਾਂ ਦੀ ਰਾਜਨੀਤੀ ਜਿਹੜੀ ਹੈ ਉਹਨੂੰ ਖਤਮ ਕੀਤਾ ਜਾਵੇ, ਇਹਨਾਂ ਨੇ ਨਹੀਂ ਸਵਰਨਾ, ਇਹਨਾਂ ਨੇ ਕਿਸ ਤਰੀਕੇ ਨਾਲ ਆਪਣੀ ਰਾਜਨੀਤੀ ਚਲਾਈ ਜਾਣੀ ਹੈ, ਜੋ ਉਹਦਾ ਸਮਝੌਤਾ ਕਰ BJP ਨਾਲ ਕਰਕੇ, ਉਹਦੇ ਨਾਲ ਕਰ ਆ ਕੇ ਜਿਹੜਾ ਸਾਡਾ ਪੰਥਕ ਕੋਰ ਸੋਚ ਸੀ ਨਾ, ਸੈਂਟੀਮੈਂਟ ਸੀਗੇ ਜੀ, ਉਹ ਕ੍ਰੈਸ਼ ਹੋ ਗਏ। ਉਹ ਕ੍ਰੈਸ਼ ਹੋਣ ਦੇ ਨਾਲ ਜਿਹੜੇ ਕਦੇ ਆਮ ਆਦਮੀ ਪਾਰਟੀ ਵੱਲ ਚਲ ਜਾਂਦੇ ਨੇ, ਕਦੇ ਕਾਂਗਰਸ ਵੱਲ ਚਲ ਜਾਂਦੇ ਨੇ, ਕਦੇ BJP ਵੱਲ ਚਲ ਜਾਂਦੇ ਨੇ, ਕਿਸੇ ਨਾ ਕਿਸੇ ਰੂਪ ਚਲ ਜਾਂਦੇ ਨੇ ਜੀ। ਉਹ ਆਪਣੇ ਘਰ ਸੀ, ਘਰ ਦੇ ਵਿੱਚ ਕਿਉਂ ਨਾ ਗਏ। ਇੱਥੇ ਆ ਕੇ ਜਦੋਂ ਸਿੰਘ ਸਾਹਿਬ ਨੇ ਸਾਰੇ ਇਸ਼ੂਜ਼ ਜਿਹੜੇ ਨੇ ਪਿਛਲੇ 25 ਸਾਲ 35 ਸਾਲ ਦੇ 40 ਸਾਲ ਦੇ ਐਡਰੈਸ ਕੀਤੇ, ਤਾਂ ਮੈਂ ਸਮਝਦਾ ਕਿ ਬੜਾ ਲੰਮਾ ਇੱਕ ਨਵਾਂ ਇਤਿਹਾਸ ਸਿਰ ਲਿਆ ਗਿਆ। ਜੋ ਕੁਛ ਵੀ ਆਪਾਂ ਇਹਦੀ ਅਨੈਲਿਸਿਸ ਹੋਵੇਗਾ ਅੱਜ, ਦੇਖੋ ਦੂਜਾ ਦਿਨ ਅੱਜ, ਇਹਦੇ ਹੋਰ ਸਮਾਂ ਚੱਲੇਗਾ, ਪਰ ਕਈ ਨਵੀਆਂ ਚੁਣੌਤੀਆਂ ਖੜੀ ਹੋ ਗਈਆਂ ਨੇ। ਜਥੇਦਾਰ ਸਾਹਿਬ ਨੇ ਜੋ ਅਕਾਲੀ ਦਲ ਦੀ ਰਿਵਾਈਵਲ ਦਾ ਸ਼ੁਰੂ ਕਰ ਦਿੱਤਾ, ਅਕਾਲੀ ਦਲ ਦੀ ਕੀ ਨੀਤੀਆਂ ਹੋਣ, ਇਹ ਬਾਰੇ ਸਾਰਾ ਕਰਤਕ ਆਪਾਂ ਇਸ ਬਾਰੇ ਚਰਚਾ ਕਰਾਂਗੇ। ਸੋ ਮੈਂ ਚਾਹੁੰਦਾ ਕਿ ਜੋ ਅਸੀਂ ਜਥੇਦਾਰ ਸਾਹਿਬ ਦੇ ਨਾਲ ਇੱਕ ਤਰ੍ਹਾਂ ਦਾ ਜ਼ੀਰੋ ਆਨ ਕੀਤਾ, ਉਹਨਾਂ ਸਾਰੀ ਦੱਸੀਆਂ, ਔਰ ਮੋਰੋਲੈਸ ਤਕਰੀਬਨ ਜੋ ਅਸੀਂ ਤਾਂ ਗੱਲਾਂ ਦੱਸੀਆਂ 6 ਨਵੰਬਰ ਨੂੰ ਭਾਈ ਸਾਹਿਬ ਜੀ, ਉਹ ਤਕਰੀਬਨ ਮੋਰੋਲੈਸ ਉਹਦੇ ਉਹਨਾਂ ਲਾਈਨਾਂ 'ਤੇ ਹੋਇਆ, ਕਿਉਂਕਿ ਮੈਂ ਬੜਾ ਸਪਸ਼ਟ ਸੀਗਾ। ਮੈਂ ਭਾਵੀ ਸਾਹਿਬ ਨੇ ਕਿਹਾ ਸੀਗਾ ਵੀ ਤਾਂ ਸਾਹਿਬ ਸਿੱਖੋ ਸਾਨੂੰ, ਮੈਂ ਤੁਹਾਡੀ ਬੇਨਤੀ ਕਰਦਾ ਸਾਰੇ ਪੰਥ ਵੱਲੋਂ ਵੀ ਸਾਨੂੰ ਇਹ ਦੱਸ ਦਿਓ ਵੀ ਤੁਸੀਂ 4 ਵਾਰੀ ਹਾਰ ਕੇ ਅਕਾਲੀ ਦਲ, ਕਿਉਂਕਿ ਸਪੋਰਟ ਕਰ ਰਹੀ ਸੀ ਉਹਨਾਂ ਦੀ, ਵੀ ਸਾਨੂੰ 4 ਵਾਰੀ ਹਾਰ ਕੇ ਅਕਾਲੀ ਦਲ ਦੁਬਾਰਾ ਪੰਜਾਬ ਦੇ ਵਿੱਚ ਸਿੱਖਾਂ ਦਾ, ਪੰਜਾਬ ਵਾਸੀਆਂ ਦਾ ਹਰਮਨ ਪਿਆਰਾ ਕਿਵੇਂ ਬਣ ਸਕਦਾ ਹੈ, ਕਿਵੇਂ ਰਿਵਾਈਵਲ ਹੋ ਸਕਦੀ ਹੈ, ਕੀ ਏਜੰਡਾ ਹੈ, ਕੀ ਰੋਡ ਮੈਪ ਹੈ, ਕੀ ਵਿਜ਼ਨ ਹੈ, ਤੁਹਾਡੀ ਕੀ ਸੋਚ ਹੈ, ਉਸ ਨੂੰ ਤੁਸੀਂ ਸਾਨੂੰ ਦੱਸ ਦਿਓ, ਅਸੀਂ ਸਾਨੂੰ ਤੁਰ ਪਾ, ਤੁਹਾਡੇ ਨਾਲ ਤੁਰ ਪਾਂਗੇ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਤਾਂ ਪੰਥ ਨੂੰ ਵਿਆਹੇ ਹੋਏ ਹਾਂ ਜੀ ਅਸੀਂ, ਤਾਂ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਫਿਰ ਸਿੰਘ ਸਾਹਿਬ ਨੂੰ ਕਿਹਾ ਕਿ ਸਿੰਘ ਸਾਹਿਬ ਇਹਨਾਂ ਲੋਕਾਂ ਦੀ ਜਾਨ ਨਹੀਂ ਹੈਗੀ, ਇਹਨਾਂ ਤੋਂ ਹੁਣ ਆਸ ਰੱਖਣੀ ਮੁਸ਼ਕਲ ਲੱਗਦੀ ਹੈ ਵੀ ਤੁਸੀਂ ਇਹਨਾਂ 'ਤੇ ਤੁਸੀਂ ਆਸ ਰੱਖੋ ਇਹ ਹੀ ਰਿਵਾਈਵ ਕਰਨਗੇ। ਰਿਵਾਈਵ ਕਰਨਾ ਹੁੰਦਾ ਤਾਂ ਸਾਨੂੰ 17 ਜਦੋਂ ਹਾਰੇ ਸੀਗੇ, 17, 19, 22, 24 ਹਾਰ ਗਏ ਭਾਅ ਜੀ, ਉਹ ਨਹੀਂ ਉੱਠ ਸਕੇ ਤਾਂ ਹੁਣ ਕੀ ਕਰੀਏ ਜੀ। ਇਸ ਕਰਕੇ ਅਕਾਲ ਤਖ਼ਤ ਸਾਹਿਬ ਦੀ ਮੋਰਲ ਰਿਸਪੋਂਸੀਬਿਲਟੀ ਬਣ ਜਾਂਦੀ ਸੀ ਕਿ ਜੋ ਨਾ ਜੇ ਜੋ ਅਕਾਲੀ ਦਲ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਬਣੀ ਔਰ ਫਿਰ ਅਕਾਲੀ ਦਲ ਨੇ, ਸ਼੍ਰੋਮਣੀ ਕਮੇਟੀ ਨੇ ਜਨਮ ਦਿੱਤਾ ਅਕਾਲੀ ਦਲ ਨੂੰ, ਉਹ ਸਾਰਾ ਜ਼ਿੰਮੇਵਾਰੀ ਮੁੜ ਕੇ ਅਕਾਲ ਤਖ਼ਤ ਸਾਹਿਬ ਦੀ ਹੈ। ਸੋ ਇਸ ਕਰਕੇ ਤੁਸੀਂ ਜਿਹੜੀ ਆਪਣੀ ਜੋ ਭਾਵਨਾਵਾਂ ਨੂੰ ਲੈ ਕੇ ਆਓ ਤਾਂ ਕਿ ਅਕਾਲੀ ਦਲ ਜਿਹੜਾ ਇੱਕ ਨਵੇਂ ਸਿਰ ਖੜਾ ਹੋ ਸਕੇ, ਨਵੀਂ ਪਾਰਟੀ ਖੜੀ ਹੋਵੇ, ਦੂਜੀ ਪਾਰਟੀ ਖੜੀਆਂ ਹੋਣ, ਇੱਕ ਫੌਜ 'ਚ ਏਕਤਾ ਹੋਵੇ, ਤਾਂ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਸੈਂਟਰਵਾਦੀ ਪਾਰਟੀਆਂ ਨੇ ਉਹ ਸਾਡੀ ਜਿਹੜੀ ਰਾਜਨੀਤੀ ਸਾਡੀ ਨਾ ਵਰਤਣ। ਸੋ ਇਸ ਵਾਸਤੇ ਸਿੰਘ ਸਾਹਿਬ ਨੇ ਬੜਾ ਅੱਛਾ ਦਲੇਰਨ ਨਾਲ ਕੰਮ ਕੀਤਾ ਹੈ ਔਰ ਸਾਰੇ ਜਿਹੜੇ ਲੋਕਾਂ ਨੂੰ ਜਿਹੜੇ ਦਰਜਾ ਬਦਰਜਾ ਨੂੰ ਜਿਹੜੀ ਗੁਨਾਹ ਨੇ ਉਹਨਾਂ ਨੂੰ ਕੀਤੇ ਨੇ ਔਰ ਉਹਨਾਂ ਦਾ ਮਨਵਾਇਆ ਹੈ, ਇਹ ਬੜੀ ਵੱਡੀ ਗੱਲ ਹੋਈ ਹੈ ਕਿ 35-40 ਸਾਲ ਦਾ ਜੋ ਕੁਛ ਵੀ ਗੁਨਾਹ ਜਾਂ ਜੋ ਕੁਛ ਵੀ ਗਲਤ ਮਿਸਟੇਕਸ ਹੋਈਆਂ ਉਸ ਨੂੰ ਇਤਿਹਾਸ ਦਾ ਅੰਗ ਬਣ ਕੇ ਉਹ ਰਹਿੰਦੀ ਦੁਨੀਆ ਤੱਕ ਰਹੇਗਾ ਕਿ ਫਲਾਂ ਸਮੇਂ ਐਸ ਅਕਾਲੀ ਦਲ ਨੇ, ਐਸ ਲੋਕਾਂ ਨੇ, ਅਕਾਲੀ ਆਗੂਆਂ ਨੇ ਇਹ ਗੱਲ ਕੀਤੀ ਅਤੇ ਉਹਨਾਂ ਨੂੰ ਇੱਕ ਜਿਹੜੀ ਟੈਂਪਰਰੀ ਸੀਟ ਆਫ ਅਥਾਰਟੀ ਸੀਗੀ ਮੀਰੀ ਪੀਰੀ ਦਾ, ਉਸ ਨੂੰ ਬੁਲਾ ਕੇ ਔਰ ਉਹਨੂੰ ਸਜ਼ਾ ਦਿੱਤੀ ਔਰ ਅਕਾਲ ਤਖ਼ਤ ਸਾਹਿਬ ਜਿਹੜੀ ਵੱਡੀ ਸ਼ਕਤੀ ਸਰਵੋਚਤਾ ਜਿਹੜੀ ਕਿਤੇ ਨਾ ਕਿਤੇ ਧੁੰਦਲੀ ਹੋ ਗਈ ਸੀ ਉਹ ਧੁੰਦਲਾ ਛੱਟ ਗਿਆ ਔਰ ਅਕਾਲ ਤਖ਼ਤ ਸਾਹਿਬ ਬੜੇ ਮਾਣ ਸਤਿਕਾਰ ਨਾਲ ਸਿੱਖਾਂ ਦੀ ਭਾਵਨਾ ਅਨੁਸਾਰ ਰਿਪ੍ਰਜੈਂਟ ਕੀਤਾ ਔਰ ਅੱਗੇ ਵਧੇਗਾ ਜੀ।
ਬਿਲਕੁਲ। ਅੱਛਾ, ਜਦੋਂ ਅਕਾਲੀ ਦਲ ਦੀ ਰਿਵਾਈਵਲ ਦੀ ਗੱਲ ਹੁੰਦੀ ਹੈ, ਤੁਸੀਂ ਆਪਣੀਆਂ ਕਿਤਾਬਾਂ 'ਚ ਵੀ ਬਹੁਤ ਜ਼ਿਕਰ ਕੀਤਾ, ਪਰ ਜਦੋਂ ਅਸੀਂ ਸਿੱਧੀ ਭਾਸ਼ਾ ਦੇ ਵਿੱਚ ਸਮਝਣਾ ਚਾਹੀਏ, ਸਿੱਧੇ ਸ਼ਬਦਾਂ ਦੇ ਵਿੱਚ ਸਮਝਣਾ ਚਾਹੀਏ, ਕਿਉਂਕਿ ਹਰ ਅਕਾਲੀ ਕੈਡਰ ਦੇ ਵਿੱਚ ਲਾ ਲਓ ਜਾਂ ਹਰ ਪੰਜਾਬ ਪ੍ਰਸਤ ਜਿਹੜਾ ਪੰਜਾਬ ਦੀ ਖੇਤਰੀ ਪਾਰਟੀ ਦੀ ਗੱਲ ਕਰਦਾ ਜਾਂ ਪੰਜਾਬ ਦੇ ਖੇਤਰੀ ਮੁੱਦਿਆਂ ਦੀ ਖੇਤਰੀ ਸਿਆਸਤ ਦੀ ਗੱਲ ਕਰਦਾ, ਉਹ ਇਹ ਚਾਹੁੰਦਾ ਹੈ ਕਿ ਅਕਾਲੀ ਦਲ ਦਾ ਰਿਵਾਈਵਲ ਹੋਣਾ ਜ਼ਰੂਰੀ ਹੈ। ਵਿਰੋਧੀ ਧਿਰਾਂ ਵੀ ਇਹੀ ਗੱਲ ਕਹਿੰਦੀ ਹੈ, ਕਾਂਗਰਸ ਤੋਂ ਲੈ ਕੇ ਬੀਜੇਪੀ ਤੱਕ, ਕਿ ਅਕਾਲੀ ਦਲ ਦਾ ਬਚਣਾ ਜ਼ਰੂਰੀ ਹੈ। ਤਾਂ ਹੁਣ ਜੋ ਸਜ਼ਾਵਾਂ ਲੱਗ ਚੁੱਕੀਆਂ ਨੇ ਜਾਂ ਭੁਗਤ ਲਈਆਂ ਜਾਣਗੀਆਂ, ਉਸ ਤੋਂ ਬਾਅਦ ਦੀ ਸਥਿਤੀ ਤੁਸੀਂ ਕਿਵੇਂ ਵੇਖਦੇ ਹੋ ਕਿ ਅਕਾਲੀ ਦਲ ਰਿਵਾਈਵਲ ਕਿੱਦਾਂ, ਜੇ ਮੁੜ ਕੇ ਸੁਖਬੀਰ ਸਿੰਘ ਬਾਦਲ ਨੂੰ ਫਿਰ ਪ੍ਰਧਾਨ ਬਣਾ ਦਿੱਤਾ ਜਾਂਦਾ, ਫਿਰ ਇਹੀ ਲੀਡਰਸ਼ਿਪ ਜਾਂ ਇਹੀ ਮਤਲਬ ਕਿ ਜਿਹੜੇ ਸਜ਼ਾ ਭੁਗਤ ਚੁੱਕੇ ਨੇ, ਜਿਹੜੇ ਤਨਖਾਹੀਏ ਨੇ, ਇਹੀ ਫਿਰ ਪੰਥ ਦੀ ਅਗਵਾਈ ਕਰਨਗੇ, ਤਾਂ ਫਿਰ ਕੀ ਉਹ ਸੰਭਵ ਹੈ? ਜਾਂ ਫਿਰ ਤੁਸੀਂ ਹੋਰ ਤਰੀਕਾ ਦੱਸ ਦਿਓ ਕਿ ਉਸ ਢੰਗ ਨਾਲ ਵੀ ਅੱਗੇ ਵਧਿਆ ਜਾ ਸਕਦਾ। ਸਿਕੰਦਰ ਜੀ, ਇਸ ਤਰ੍ਹਾਂ ਹੈ ਕਿ ਜਿਵੇਂ ਆਪਾਂ ਮਹਿਸੂਸ ਕਰਦੇ ਹਾਂ ਵੀ ਜੋ ਕੁਛ ਸਥਿਤੀ ਬਣੀਆਂ ਨੇ ਕਿ ਉਸ ਨਾਲ ਅਕਾਲੀ ਦਲ ਦੀ ਤਿੰਨ ਚਾਰ ਗੱਲਾਂ ਨੇ ਇੱਥੇ ਆ ਕੇ ਸਪਸ਼ਟ ਹੋ ਗਈਆਂ ਨੇ। ਇੱਕ ਤਾਂ ਅਕਾਲੀ ਦਲ ਦੀ ਰਿਵਾਈਵਲ ਦਾ ਮੁੱਦਾ ਬੜਾ ਇੰਪੋਰਟੈਂਟ ਬਣ ਗਿਆ, ਪਰ ਰਿਵਾਈਵਲ ਕਿਹਨਾਂ ਮੁੱਦਿਆਂ 'ਤੇ ਹੋਵੇ, ਕਿਹਨਾਂ ਇਸ਼ੂਜ਼ 'ਤੇ ਹੋਵੇ? ਰਿਵਾਈਵਲ ਦਾ ਮਤਲਬ ਕੀ ਹੁੰਦਾ? ਕਿ ਤੁਸੀਂ ਇੱਕ ਪਾਰਟੀ ਜਾਂ ਇੱਕ ਵਿਚਾਰ ਜਿਹੜੀ ਛੱਡ ਗਏ, ਪਾਰਟੀ ਛੱਡ ਗਈ, ਉਹਦੇ ਆਗੂ ਛੱਡ ਗਏ ਨੇ ਵਿਚਾਰ। ਆਪਾਂ ਜਦੋਂ ਗੱਲ ਕਰਦੇ ਹਾਂ ਨੀ ਪੰਥਕ ਹਿੱਤਾਂ ਦੀ, ਤਾਂ ਪੰਥ ਕੀ ਹੈ? ਇੱਕ ਵਿਚਾਰਧਾਰਾ ਹੈ, ਪੰਥ ਇੱਕ ਰਸਤਾ ਹੈ ਜਿਸ 'ਤੇ ਚੱਲ ਕੇ ਅਸੀਂ ਉਸ ਵਿਚਾਰਧਾਰਕ ਉਦੇਸ਼ਾਂ ਨੂੰ ਪ੍ਰਾਪਤ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਹੈ, ਉਹਦੇ ਆਧਾਰ 'ਤੇ ਇੱਕ ਆਪਣਾ ਮਾਡਲ ਹੈ, ਜਿਹਨੂੰ ਕਰਤਾਰਪੁਰੀ ਮਾਡਲ ਮੈਂ ਸਾਰਾ ਡਿਸਕਸ ਕੀਤਾ ਹੋਇਆ, ਉਸ ਆਧਾਰ 'ਤੇ ਪੰਜਾਬ ਦੀ ਉਸਾਰੀ ਕਰਨੀ ਹੈ। ਇੱਕ ਪੰਜਾਬ ਨੂੰ ਨਵਾਂ ਪੰਜਾਬ ਸਿਰਜਣਾ ਹੈ, ਪੰਜਾਬ ਦੀ ਜਿਹੜੀ ਸਾਰੀ ਇੱਕ ਤਰ੍ਹਾਂ ਦੀ ਜੋ ਸਥਿਤੀਆਂ ਬਣੀਆਂ ਹੋਈਆਂ ਨੇ ਉਸ 'ਚ ਕੱਢ ਕੇ ਪੰਜਾਬ ਨੂੰ ਇੱਕ ਖੁਸ਼ਹਾਲੀ ਔਰ ਤਰੱਕੀ ਵਾਲੇ ਪਾਸੇ ਲੈ ਕੇ ਜਾਣਾ, ਤਾਂ ਕਿ ਜੋ ਸਮੱਸਿਆਵਾਂ ਨੇ ਉਹ ਹੱਲ ਹੋ ਸਕਣ। ਹੁਣ ਇੱਥੇ ਮੁੱਦਾ ਬੜਾ ਸਪਸ਼ਟ ਹੈ ਕਿ ਜਦੋਂ ਜਥੇਦਾਰ ਸਾਹਿਬ ਨੇ ਅਕਾਲੀ ਦਲ ਦੀ ਰਿਵਾਈਵਲ ਨੂੰ ਮੁੱਖ ਰੱਖਦਿਆਂ ਇੱਕ ਕਮੇਟੀ ਬਣਾਈ ਹੈ, ਤਾਂ ਉਹ ਗੱਲ ਬੜੀ ਸਪਸ਼ਟ ਹੋ ਗਈ ਹੈ ਕਿ ਇਹਨਾਂ ਅਕਾਲੀ ਆਗੂਆਂ 'ਤੇ ਉਹਨਾਂ ਉਹ ਨਿਰਭਰ ਨਹੀਂ ਕੀਤੇ। ਉਹ ਕਹਿ ਦਿੰਦੇ ਕਿ ਤੁਸੀਂ ਤੁਹਾਨੂੰ ਮੈਂ ਏਕਾ ਕਰ ਲਓ ਅਤੇ ਤੁਸੀਂ ਅਕਾਲੀ ਦਲ ਵਾਸਤੇ ਜੋ ਵੀ ਨਾ ਕਰਨਾ ਚਾਹੁੰਦੇ ਕਰੋ, ਅਤੇ ਮੇਰਾ ਤੁਹਾਡਾ ਕੰਮ ਖਤਮ ਹੈ। ਇਹ ਉਹਨੇ ਇੱਥੇ ਨਹੀਂ ਛੱਡਿਆ, ਉਹਨਾਂ ਨੇ ਇੱਕ ਲਿੰਕ ਬਣਾ ਦਿੱਤਾ ਹੈ ਪਾਰਟੀ ਦਾ, ਜਿਹੜਾ ਇੱਕ ਬੈਲੈਂਸ 'ਚ ਬਣਾਇਆ। ਉਹਦੇ 'ਚ ਦੇਖੋ ਕੁਛ ਗੱਲਾਂ ਆ ਵੀ ਰਹੀਆਂ ਕਿ ਹੋਰ ਨਿਰਪੱਖ ਬੰਦੇ ਲੱਭੇ ਜਾ ਸਕਦੇ ਸੀਗੇ, ਇੰਟਲੈਕਚੁਅਲ ਲੱਭੇ ਜਾ ਸਕਦੇ ਸੀਗੇ, ਬਸ ਚਲੋ ਜੋ ਉਹਨਾਂ ਨੇ ਬਣਾਇਆ ਆਪਾਂ ਨੂੰ ਸਿਰਮਤ ਸਰਕਾਰ ਕਰਦੇ ਆ। ਹੁਣ ਇਹਨਾਂ ਕੀ ਕੀ ਮੁੱਦਾ ਹੈ? ਇੱਕ ਤਾਂ ਹੈ ਅਕਾਲੀ ਦਲ ਦੀ ਮੈਂਬਰਸ਼ਿਪ ਜਿਹੜੀ ਕਿ ਪਹਿਲਾਂ ਬੋਗਸ ਹੁੰਦੀ ਸੀ ਔਰ ਘਰ ਬੈਠੇ ਸਾਰੇ ਮੈਂਬਰ ਬਣਾ ਲਏ ਜਾਂਦੇ ਸੀਗੇ ਔਰ ਡੈਲੀਗੇਟ ਬਣਾ ਲਏ ਜਾਂਦੇ, ਨੋਮੀਨੇਟਡ ਹੈ ਨਾ ਜੀ, ਫਰੋਮ 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 ਸਟੇਟ ਲੀਡਰਸ ਟੂ ਪਿੰਡ ਤੱਕ, ਜਿਹੜੇ ਸਾਰੇ ਆਗੂ ਨੇ ਜਾਂ ਜ਼ਿਲ੍ਹੇ ਤੱਕ ਜਿਹੜੇ ਆਗੂ ਸਾਰੇ ਨੋਮੀਨੇਟਡ ਨੇ ਬਾਈ ਆਕਾਸ਼ ਸਿੰਘ ਬਾਦਲ ਐਂਡ ਨਾਓ ਸੁਖਬੀਰ ਸਿੰਘ ਬਾਦਲ। ਡੈਮੋਕਰੇਟਿਕ ਪ੍ਰੋਸੈਸ ਇਹ ਮੰਗ ਕਰਦਾ ਹੈ ਕਿ ਤੁਸੀਂ ਹੇਠੋਂ ਪਾਰਟੀ ਨੂੰ ਖੜਾ ਕਰੋ, ਕਰਦੇ ਕਰਦੇ ਤੁਸੀਂ ਦਰਜਾ ਬਦਰਜਾ ਇੱਕ ਚੇਨ ਹੁੰਦੀ ਹੈ, ਪੈਰਾਮਿਡ ਬਣਦਾ ਹੈ, ਉਹ ਪੈਰਾਮਿਡ ਦਾ ਜੇ ਸਿਖਰ 'ਤੇ ਆ ਕੇ ਪਾਰਟੀ ਦਾ ਜਿਹੜਾ ਸਟਰਕਚਰ ਖੜਾ ਹੋ ਜਾਂਦਾ ਜੀ, ਉਹ ਪੈਰਾਮਿਡ ਟੁੱਟ ਗਿਆ ਸੀਗਾ। ਹੁਣ ਸਾਡੇ ਸਾਹਮਣੇ ਜਿਹੜੀ ਜਿਹੜੀ ਗੱਲ ਕੱਲ੍ਹ ਤੋਂ ਸ਼ੁਰੂ ਹੋਈ ਹੈ, ਇੱਕ ਤਾਂ ਸਜ਼ਾਵਾਂ ਬਾਰੇ ਬੜੇ ਕਈ ਤਰ੍ਹਾਂ ਦੇ ਕਮੈਂਟਸ ਆ ਰਹੇ ਨੇ, ਪਰ ਮੈਂ ਇੱਥੇ ਗੱਲ ਕਰਨਾ ਚਾਹਾਂਗਾ ਕਿ ਸਜ਼ਾ ਬੜੀ ਠੀਕ ਹੈ ਜੀ, ਉਹ ਬੈਲੈਂਸ ਟਰਾਈ ਹੈਗੀ ਆ ਔਰ ਉਸ ਨਾਲ ਜਿਹੜਾ ਇਹ ਕਹਿ ਸਕਦੇ ਹਾਂ ਕਿ ਆਪਾਂ ਪੰਜਾਬੀ 'ਚ ਕਹਾਵਤ ਵੀ ਹੈ ਵੀ ਸੱਪ ਵੀ ਮਰਦੇ ਸੋਟੀ ਵੱਜ ਜਾਏ। ਹੁਣ ਸਿੰਘ ਸਾਹਿਬ ਨੇ ਜਿਸ ਢੰਗ ਦੇ ਨਾਲ ਸਜ਼ਾਵਾਂ ਦਿੱਤੀਆਂ ਨੇ, ਪਨਿਸ਼ਮੈਂਟ ਦਿੱਤੀ ਹੈ, ਉਹ ਭਾਵੇਂ 2-4 ਦਿਨ ਵਿੱਚ ਬਰੀ ਹੋ ਜਾਣਗੇ, ਪਾਠ ਹੋ ਜਾਣਗੇ, ਜਾ ਕੇ ਦੇਈ ਕਰਾ ਦੇਣਗੇ, ਅਰਦਾਸ ਕਰਾ ਦੇਣਗੇ, ਪਰ ਜੋ ਇਹਦੇ ਆਫਟਰ ਇਫੈਕਟਸ ਨੇ ਨਾ ਜੀ, ਆਫਟਰ ਇਫੈਕਟਸ ਪਏ ਨੇ ਪ੍ਰਕਾਸ਼ ਸਿੰਘ ਬਾਦਲ ਔਰ ਬਾਦਲ ਬ੍ਰਾਂਡ ਆਫ ਰਾਜਨੀਤੀ ਦਾ ਜ਼ੀਰੋ ਹੋ ਜਾਣਾ, ਉਸ ਦਾ ਖਤਮ ਹੋ ਜਾਣਾ। ਆਉਣ ਵਾਲੇ ਸਮੇਂ 'ਚ ਸੁਖਬੀਰ ਬਾਦਲ ਨੂੰ ਖੜੀ ਕਰ ਲੈਂਦੇ ਨੇ ਜਾਂ ਕਿਹਨਾਂ ਸਾਥੀਆਂ ਨਾਲ ਕਿਹਨਾਂ ਇਸ਼ੂ 'ਤੇ ਆ ਕੇ ਖੜੀ ਕਰਦੇ ਨੇ, ਵੱਖਰਾ ਮੁੱਦਾ ਹੈ। ਪਰ ਫਿਲਹਾਲ ਅੱਜ ਦੀ ਡੇਟ 'ਚ ਕਹਿੰਦੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਜੋ ਰਾਜਨੀਤੀ ਦਾ ਸੀ, ਉਹਦਾ ਵੱਖਰੇ ਕੌਮ ਵਾਪਸ ਲੈ ਲੈਣਾ
ਔਰ ਉਸ ਨੂੰ ਇੱਕ ਤਰ੍ਹਾਂ ਦੀ ਜੋ ਉਹਨਾਂ ਦੀ ਰਾਜਨੀਤੀ ਸੀ ਉਸਦਾ ਜਿਹੜਾ ਮਖੌਟਾ ਜਾਂ ਜਿਹੜਾ ਸ਼ੀਸ਼ਾ ਦਿਖਾ ਦੇਣਾ ਪੰਜਾਬ ਵਾਸੀਆਂ ਨੂੰ, ਸੁਖਬੀਰ ਬਾਦਲ ਸਾਰੇ ਪਰਿਵਾਰ ਨੂੰ, ਬੜਾ ਸਪਸ਼ਟ ਹੈ ਕਿ ਉਹ ਜਿਹੜੀਆਂ ਨੀਤੀਆਂ ਜਿਹੜੀਆਂ ਸੀਗੀਆਂ ਜਿਹਨਾਂ ਨੀਤੀਆਂ ਤਹਿਤ ਜਿਹਨਾਂ ਗੱਲ ਕਰਕੇ ਉਹਨਾਂ ਨੇ ਰਾਜ ਕੀਤਾ 96 ਆਰਡਰ ਤੋਂ ਉਸ ਤੋਂ ਪਹਿਲਾਂ, ਉਹ ਬਿਲਕੁਲ ਗਲਤ ਨੀਤੀਆਂ ਸੀ। ਉਹ ਤਾਂ ਉਹਨਾਂ ਦਾ ਹੋ ਗਿਆ ਕਿ ਉਹਨਾਂ ਸਰਟੀਫਿਕੇਟ ਮਿਲ ਗਿਆ ਕਿ ਤੁਸੀਂ ਇਸ ਤਰ੍ਹਾਂ ਦੇ ਸੀਗੇ, ਅਤੇ ਅੱਜ ਅਸੀਂ ਮਜਬੂਰ ਹਾਂ ਕਿ ਤੁਹਾਡਾ ਜਿਹੜਾ ਉਹ ਫਖਰੇ ਕੌਮ ਪੰਥ ਰਤਨ ਦਾ ਖਿਤਾਬ ਹੈ ਵਾਪਸ ਲਿਆ ਜਾਵੇ। ਇਹ ਬੜੀ ਵੱਡੀ ਸਜ਼ਾ ਹੈ ਜੀ। ਦੂਸਰਾ ਜਿਹੜਾ ਅਸਤੀਫੇ ਲੈ ਗਏ, ਐਨ ਬਲੋਕ ਅਸਤੀਫੇ ਲੈ ਗਏ ਸਾਰਿਆਂ ਕੋਲੋਂ, ਜਿਹੜਾ ਦੇਖੋ ਇਕਬਾਲ ਸਿੰਘ ਝੁੰਡਾ ਕਮੇਟੀ ਦਾ, ਮੈਂ ਤੁਹਾਨੂੰ ਹਵਾਲਾ ਦੇਵਾਂਗਾ, ਜਿਹੜਾ ਕਮੇਟੀ 'ਚ ਹੈਗੇ ਨੇ, ਉਹਨਾਂ ਨੇ ਕੀ ਕਿਹਾ ਸੀ, ਉਹਨਾਂ ਨੇ 100 ਦੇ ਕਰੀਬ ਜਿਹੜੇ ਸਾਰੇ ਸੀਗੇ ਥੱਲੇ ਹਲਕੇ, ਉਹਨਾਂ ਦੇ ਸਾਰੇ ਵਰਕਰਸ ਨੂੰ ਮਿਲੇ, ਅਹੁਦੇਦਾਰਾਂ ਨੂੰ ਮਿਲੇ, ਆਮ ਲੋਕਾਂ ਨੂੰ ਮਿਲੇ। ਉਹਨਾਂ ਨੇ ਇੱਕ ਕੰਕਲੂਜਨ 'ਤੇ ਪਹੁੰਚੇ ਕਿ ਅਗਰ ਅਕਾਲੀ ਦਲ ਦੁਬਾਰਾ ਖੜਾ ਕਰਨਾ ਹੈ ਅਸੀਂ, ਤਾਂ ਉਸ ਵਾਸਤੇ ਸਾਨੂੰ ਲੀਡਰਸ਼ਿਪ ਬਦਲਣੀ ਪਏਗੀ, ਨਵੇਂ ਇਸ਼ੂ ਲੈਣਾ ਪਏਗਾ, ਨਵਾਂ ਏਜੰਡਾ ਲੈਣਾ ਪਵੇਗਾ, ਔਰ ਇਸ ਤਰੀਕੇ ਨਾਲ ਸੰਸਥਾਵਾਂ ਕਿਵੇਂ ਕਮਜ਼ੋਰ ਹੋ ਗਈਆਂ ਉਹ ਸਭ ਤਗੜਾ ਕਰਨ ਵਾਸਤੇ ਵੀ ਕੰਮ ਕਰਨਾ ਪਏਗਾ ਨਾ ਜੀ। ਉਹ ਕਮੇਟੀ ਦੀ ਰਿਪੋਰਟ ਜਿਹੜੀ ਗੋਲ ਕਰ ਦਿੱਤੀ ਗਈ, ਕੁਝ ਗੱਲਾਂ ਸਾਹਮਣੇ ਆਈਆਂ। ਸੁਖਬੀਰ ਸਿੰਘ ਬਾਦਲ ਨੇ ਉਹ ਨਹੀਂ ਮੰਨੀ, ਇੱਕ ਫਿਰ ਵਿਸਕੁਲ ਦੀ ਰੀਤ ਸਾਰੀ ਥੱਲੇ। ਅੱਜ ਉਸਦਾ ਨਤੀਜਾ ਕੀ ਨਿਕਲਿਆ ਕਿ ਸਾਰੀਆਂ ਸਥਿਤੀਆਂ ਨੇ, ਜੋ ਕੁਛ ਵੀ ਥੱਲੇ ਗੁਨਾਹ ਕੀਤੇ ਗਏ, ਜੋ ਕੁਛ ਸਾਰਾ ਕੁਛ ਹੋਇਆ, ਉਹ ਸਾਰਾ ਪਲਟਾ ਖਾ ਕੇ ਪੂਰਾ 100 ਦਾ 180 ਦਾ ਸਰਕਲ ਕੱਟ ਕੇ ਉੱਥੇ ਕਾਲ ਤੱਕ ਸਾਧ ਵਿੜੇ ਆ ਕੇ ਉਹ ਅਸਤੀਫੇ ਦੇਣੇ ਪਏ। ਜੋ ਸਿੰਘ ਸਾਹਿਬ ਕਹਿੰਦੇ ਨੇ ਵੀ 3 ਦਿਨ ਦੇ ਵਿੱਚ ਕਾਰਜਕਾਰਨੀ ਦੇ ਅਸਤੀਫਾ ਦੇ ਮਨਜ਼ੂਰ ਕਰਕੇ ਦੁਬਾਰਿਆਂ ਦੇ ਵਾਪਸ ਸਾਨੂੰ ਪਹੁੰਚਾਓ, ਤਾਂ ਕੀ ਇਹ ਕੀ ਸ਼ੋਅ ਕਰਦਾ? ਕਿਤੇ ਨਾ ਕਿਤੇ ਤਿਕੜਬਾਜ਼ੀ ਕੀਤੀ ਹੈ ਨਾ ਜੀ। ਦੇਖੋ ਅਸਤੀਫਾ ਦਿੰਦਾ ਸੁਖਬੀਰ ਸਿੰਘ ਬਾਦਲ, ਔਰ ਕਾਰਜਕਾਰਨੀ ਕਹਿੰਦੀ ਅਸੀਂ ਨਾ ਮਨਜ਼ੂਰ ਕੀਤਾ ਨਾ ਰੱਦ ਕੀਤਾ, ਨਹੀਂ ਕੀਤਾ, ਤੇ ਦੂਜਿਆਂ ਨੇ ਕਿਹਾ ਸੀ ਰਾਜ ਦੇ ਦੇਵਾਂਗੇ, ਪ੍ਰੈਸ਼ਰ ਬਣਾਇਆ ਗਿਆ ਨਾ ਜੀ। ਸੋ ਇਸ ਕਰਕੇ ਉਹ ਜਿਹੜੀ ਸਾਰੀ ਗੱਲ ਸਪਸ਼ਟ ਹੋ ਗਈ ਕਿ ਇਸ ਲਈ ਸੁਖਬੀਰ ਸਿੰਘ ਬਾਦਲ ਨੇ ਜੋ ਅਸਤੀਫਾ ਦੇ ਦਿੱਤਾ ਜਾਣਾ ਚਾਹੀਦਾ, ਹੁਣ ਦੇ ਦੇਣਗੇ, ਉਸ ਨਾਲ ਉਹਦਾ ਜਿਹੜਾ ਫਿਲਹਾਲ ਜਿਹੜਾ ਰਾਜਨੀਤਿਕ ਕੈਰੀਅਰ ਹੈ ਉਹ ਡਾਵਾਡੋਲ ਹੋ ਗਿਆ। ਪਰ ਜਦੋਂ ਅਸੀਂ ਇਹ ਦਿੱਤਾ ਗਿਆ ਕਿ ਤੁਸੀਂ ਨਵੀਂ ਭਰਤੀ ਕਰੋ ਔਰ ਨਵਾਂ ਅਕਾਲੀ ਦਲ ਖੜਾ ਕਰੋ, ਨਵੇਂ ਇਸ਼ੂ 'ਤੇ ਖੜਾ ਕਰੋ, ਤਾਂ ਉਸ ਨਾਲ ਇਹਦੇ ਵਾਸਤੇ ਇੱਕ ਵਿੰਡੋ ਵੀ ਖੁੱਲ੍ਹ ਗਈ ਹੈ ਸੁਖਬੀਰ ਬਾਦਲ ਵਾਸਤੇ, ਜਿਹੜੀ ਕਿ ਚਿੰਤਾ ਦਾ ਵਿਸ਼ਾ ਬਣ ਸਕਦਾ ਕਿਸੇ ਵਾਸਤੇ ਕਿਸੇ ਸਮੇਂ, ਕਿ ਜੇਕਰ ਉਹ ਇਸ ਤਰੀਕੇ ਨਾਲ ਆ ਜਾਂਦੇ ਨੇ, ਫਿਰ ਪ੍ਰਧਾਨ ਬਣ ਜਾਂਦੇ ਨੇ, ਫਿਰ ਦੇਖਣਾ ਪਏਗਾ ਫਿਰ ਕੀ ਉਸ ਤਰੀਕੇ ਨਾਲ ਉਹ ਲੋਕਾਂ ਦਾ ਮਨ ਜਿੱਤ ਸਕਦੇ ਨੇ। ਦੇਖੋ ਭਾਈ ਸਾਹਿਬ, ਇੱਕ ਬੜੀ ਸਪਸ਼ਟ ਗੱਲ ਹੈ ਨਾ ਜੀ, ਇਹ ਠੀਕ ਹੈ ਕਿ ਉਹਨਾਂ ਨੇ ਸਜ਼ਾਵਾਂ ਭੁਗਤ ਲਈਆਂ, ਗੁਨਾਹਗਰ ਸਾਬਿਤ ਹੋ ਗਏ, ਅੱਜ ਵਰਸਾ ਵੀ ਉਹਨਾਂ ਨੇ ਫੜ ਕੇ ਬੈਠ ਕੇ ਸਾਰਾ ਸੇਵਾ ਕਰ ਲਈ, ਪਾਖਾਨੇ ਸਾਫ਼ ਕਰ ਲਏ ਸਾਰੇ, ਉਹਨਾਂ ਸ਼ੁਰੂ ਹੋ ਗਿਆ ਕੰਮ। ਲੇਕਿਨ ਸਵਾਲ ਪੈਦਾ ਹੁੰਦਾ ਨਾ ਭੁਪਿੰਦਰ ਜੀ, ਕਿ ਪੰਥ ਕਿਵੇਂ ਸੋਚਦਾ ਹੈ, ਲੋਕ ਕਿਵੇਂ ਸੋਚਦੇ ਨੇ, ਪੰਥਕ ਧਾਰਾਵਾਂ ਕਿਵੇਂ ਸੋਚਦੀਆਂ ਨੇ? ਅੱਜ ਮੈਂ ਵੇਖ ਰਿਹਾ ਸੀ ਕਿ ਲੋਕਾਂ ਦੇ ਕਮੈਂਟਸ, ਓਫਿਸਰ ਅਜੇ ਵੀ ਰਾਜੇ ਨਹੀਂ ਉਹ, ਹੁਣ ਦੂਜੇ ਪਾਸੇ ਆ ਜਾਂਦਾ ਕਿ ਜਦੋਂ ਇੱਕ ਸਮਝਾਉਣ ਵਾਲੀ ਗੱਲ ਹੋ ਜਾਂਦੀ ਹੈ ਨਾ ਜੀ, ਵੀ ਜਦੋਂ ਤੁਸੀਂ ਇਹ, ਪਰ ਇਹ ਗੱਲ ਸਪਸ਼ਟ ਹੋ ਗਈ ਨਾ ਕਿ ਉਹ ਉਹਨਾਂ ਵਾਸਤੇ ਇੱਕ ਰਾਜਨੀਤੀ ਦਲਾਵ ਦੇ ਦਰਵਾਜ਼ੇ ਖੁੱਲ੍ਹੇ ਰੱਖ ਦਿੱਤੇ ਗਏ ਨੇ, ਪਿੱਛੇ ਆ ਕੇ ਮੈਂ ਸਮਝਦਾ ਕਿ ਦੇਖਣਾ ਪਏਗਾ ਲੋਕਾਂ ਨੂੰ, ਸਾਡੇ ਵਿਦਵਾਨਾਂ ਵਰਗ ਲੋਕਾਂ, ਸਾਨੂੰ ਹੋਰ ਕੰਮ ਜਿਹੜੇ ਨੇ, ਸਾਡੇ ਸਾਹਮਣੇ ਇੱਕ ਚੁਣੌਤੀ ਖੜੀ ਹੋ ਗਈ ਕਿ ਅਸੀਂ ਕਿਸ ਤਰੀਕੇ ਨਾਲ ਉਸ ਰਾਜਨੀਤੀ ਦਾ ਇੱਕ ਨਵਾਂ ਮਖੌਟਾ, ਨਵਾਂ ਦਾਇਰਾ ਪੈਰਾਡਾਈਮ ਸਿਰਜੀਏ, ਨਵਾਂ ਜਿਹੜੀ ਬਦਲਵੀ ਰਾਜਨੀਤੀ ਦਾ ਇੱਕ ਨੈਰੇਟਿਵ ਸਿਰਜੀਏ, ਜੋ ਕਿ ਆਉਣ ਵਾਲਾ ਅਕਾਲੀ ਦਲ ਅਡੋਪਟ ਕਰੇ, ਨਾ ਕੇਵਲ ਅਕਾਲੀ ਦਲ, ਜੋ ਦੂਜੀਆਂ ਧਿਰਾਂ ਨੇ, ਪੰਥਕ ਧਿਰਾਂ ਜਿਹੜੀ ਹੋਰ ਖਡੂਰ ਸਾਹਿਬ ਵਾਲੀਆਂ ਨੇ, ਫਰੀਦਕੋਟ ਵਾਲੀਆਂ ਨੇ, ਹੋਰ ਲੋਕ ਬੈਠੇ ਨੇ ਬਾਹਰ, ਉਹਨਾਂ ਵਾਸਤੇ ਵੀ ਤਾਂ ਤਰ੍ਹਾਂ ਤਰ੍ਹਾਂ ਦਾ ਚਲੋ ਚੁਣੌਤੀ ਹੈ ਨਾ ਜੀ। ਉਹ ਇੱਕ ਪਾਸੇ ਰਿਵਾਈਵ ਅਕਾਲੀ ਦਲ, ਇੱਕ ਪਾਸੇ ਉਹਨਾਂ ਦੀ ਜਿਹੜੀ ਹੈ ਜ਼ੀਰੋ ਬਣ ਚੁੱਕੀ ਪ੍ਰੈਕਟਿਸ ਜਿਹੜੀ ਹੈਗੀ, ਜਾਂ ਜਜ਼ਬਾਤੀ ਜਿਹੜੇ ਜਜ਼ਬਾਤ ਉਭਾਰ ਹੋਏ ਨੇ, ਉਹਨਾਂ ਨੇ ਉਹਨੂੰ ਕਿਵੇਂ ਔਰਗਨਾਈਜ਼ ਕਰਨਾ, ਅੱਜ ਮੈਂ ਅਖਬਾਰਾਂ ਵੀ ਵੇਖ ਰਿਹਾ ਸੀਗਾ ਕਿ ਜਜ਼ਬੇ ਹੈਗੇ ਨੇ ਸਾਰੇ ਪਾਸੇ, ਲੇਕਿਨ ਡਿਸਔਰਗਨਾਈਜ਼ ਨੇ। ਅਕਾਲੀ ਦਲ ਨੂੰ ਹੀ ਔਰਗਨਾਈਜ਼ ਕਰਨ ਵਾਸਤੇ ਸੈਸੇ ਸਾਹਿਬ ਨੇ ਯੁਕਤੀਚਤ ਕੀਤੇ ਨਾ ਜੀ, ਪਰ ਦੂਜੇ ਤਾਂ ਦੇਖਣਾ ਪਏਗਾ ਨਾ, ਉਹ ਵੀ ਕਿੱਥੇ ਖੜੇ ਨੇ। ਭਾਰਤੀ ਰਾਜਨੀਤੀ ਜੇ ਨਵੇਂ ਸਿਰੇ ਲੈ ਕੇ ਜਾਣਾ ਹੈ, ਤਾਂ ਮੈਂ ਸੋਚਦਾ ਕਿ ਦੋ ਰੀ ਜਿਹੜੀ ਹੈ, ਦੋ 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 ਧਿਰੀ
ਜਿਹੜੀ ਸਿੰਘ ਸਾਹਿਬ ਨੂੰ ਪ੍ਰੋਪ ਕਰਨੀ ਚਾਹੀਦੀ ਹੈ। ਇਹ ਸਭ ਸਮਝਦਾ ਕਿ ਜਗਵੀਰ ਸਿੰਘ ਬਾਦਲ ਨੂੰ ਸਜ਼ਾ ਮਿਲ ਗਈ ਹੈ, ਇਨਡਾਇਰੈਕਟਲੀ ਬਹੁਤ ਵੱਡੀ ਸਜ਼ਾ ਹੈ, ਪਰ ਇਖਲਾਕੀ ਹਾਰ ਹੈ, ਨੈਤਿਕ ਹਾਰ ਹੈ। ਅਕਾਲ ਤਖ਼ਤ ਦਾ ਜੋ ਫੈਸਲਾ ਕੱਲ੍ਹ ਹੋਇਆ ਸੁਖਦੇਵ ਜੀ, ਉਹ ਪੰਥ ਦੀ ਜਿੱਤ ਹੈ। ਅਕਾਲ ਤਖ਼ਤ ਸਾਹਿਬ ਸੰਸਥਾ ਦੀ ਸਰਵਉੱਚਤਾ ਹੋਈ ਹੈ, ਉਹ ਬਰਕਰਾਰ ਰਹੀ ਹੈ, ਧੁੰਦਕਾ ਛੱਡ ਗਿਆ। ਅਕਾਲ ਤਖ਼ਤ ਸਾਹਿਬ ਦਾ ਜਿੱਤ ਹੈ ਔਰ ਜਥੇਦਾਰ ਸਾਹਿਬ ਉਸ ਵਾਸਤੇ ਇੱਕ ਸਾਧਨ ਬਣੇ ਨੇ, ਉਹ ਉਸਦੇ ਵਧਾਈ ਦੇ ਪਾਤਰ ਹੈ। ਭਾਈ ਸਾਹਿਬ, ਜਦੋਂ ਇਹ ਗੱਲ ਆਉਂਦੀ ਹੈ ਕਿ ਜੇ ਇਸ ਤੋਂ ਅੱਗੇ ਜਥੇਦਾਰ ਸਾਹਿਬ ਕੋਈ ਸਿਆਸੀ ਤੌਰ ਉੱਤੇ ਫੈਸਲਾ ਲੈਂਦੇ, ਇਹਨਾਂ ਨੂੰ ਸਿਆਸਤ ਦੇ ਵਿੱਚੋਂ ਛੇਕਣ ਦੀ ਗੱਲ ਜਾਂ ਬਾਹਰ ਕਰਨ ਦੀ ਗੱਲ, ਤਾਂ ਉਹਦੇ ਨਾਲ ਅਕਾਲੀ ਦਲ ਨੂੰ ਖਤਰਾ ਹੋ ਸਕਦਾ, ਅਕਾਲੀ ਦਲ ਦੀ ਹੋਂਦ ਨੂੰ ਖਤਰਾ ਹੋ ਸਕਦਾ ਸੀ, ਜਾਂ ਕਿਉਂਕਿ ਜੋ ਚੁਣੌਤੀਆਂ ਆਉਣੀਆਂ ਸੀਗੀਆਂ ਇਹਨਾਂ ਨੂੰ ਅਦਾਲਤੀ ਤੌਰ ਦੇ ਉੱਤੇ ਉੱਤੇ ਤੁਹਾਡਾ ਇਹਦੇ ਬਾਰੇ ਕੀ ਮੰਨਣਾ ਹੈ ਕਿ ਫਿਰ ਹੋਰ ਕਿਹੜਾ ਰਾਹ ਬਚਦਾ ਹੈ? ਮਤਲਬ ਕਿ ਜੇ ਹੁਣ ਸਿਆਸੀ ਤੌਰ ਦੇ ਉੱਤੇ ਚਲੋ ਲੋਕਾਂ ਦੀਆਂ ਨਜ਼ਰਾਂ 'ਚ ਕੀ ਨੇ ਉਹ ਵੱਖਰੀ ਗੱਲ ਹੈ, ਪਰ ਜੇ ਅਕਾਲੀ ਦਲ ਦੀ ਸਿਆਸਤ ਨੂੰ ਬਚਾਉਣਾ ਹੈ ਜਾਂ ਅਕਾਲੀ ਦਲ ਨੂੰ ਬਚਾਉਣਾ, ਤਾਂ ਫਿਰ ਸਿੰਘ ਸਾਹਿਬਾਨ ਇਸ ਤੋਂ ਅੱਗੇ ਹੋਰ ਕੀ ਕਰ ਸਕਦੇ ਸੀ? ਦੇਖੋ, ਅੱਜ ਜਿਹੜੀਆਂ ਅਖਬਾਰਾਂ ਦੇ ਵਿੱਚ ਵੀ ਸੁਰਖੀਆਂ ਬਣੀਆਂ ਨੇ, ਸਜ਼ਾ ਤਾਂ ਮਿਲੀ ਮਿਲੀ ਹੈ, ਲੇਕਿਨ ਉਹਨਾਂ ਦੀ ਜਿਹੜੀ ਇੱਕ ਅਖਬਾਰ ਦੇਖ ਰਹੇ ਉਹ ਧਾਰਮਿਕ ਸਜ਼ਾ ਦਾ ਜ਼ਿਆਦਾ ਫੋਕਸ ਹੋਇਆ, ਵੀ ਧਾਰਮਿਕ ਸਜ਼ਾ ਦਿੱਤੀ ਗਈ ਹੈ, ਜ਼ਾਰਾ ਤੌਰ 'ਤੇ ਨਜ਼ਰ ਵੀ ਧਾਰਮਿਕ ਸਜ਼ਾ ਦਿੱਤੀ ਗਈ। ਪੰਥ ਦਾ ਇੱਕ ਵੱਡਾ ਸੈਕਸ਼ਨ ਇਹ ਚਾਹੁੰਦਾ ਸੀਗਾ, ਕਿਉਂਕਿ ਉਹ ਦੇ ਹੇਟ ਦਾ ਪੋਲੀਟਿਕਸ ਆਫ ਸੁਖਬੀਰ ਬਾਦਲ, ਸਾਰਾ ਕੁਝ ਪਤਾ ਉਹਨਾਂ ਨੂੰ, ਸੁੱਖਾਂ ਆਮ ਲੋਕਾਂ ਨੂੰ ਪਤਾ ਹੈ, ਡਿਸਕਸ਼ਨ ਚੱਲਦੀ, ਸਾਰਾ ਕੁਝ ਚੱਲਦਾ, ਉਹ ਅਖਬਾਰ ਦੇ ਵਿੱਚ ਇਹ ਗੱਲ ਆ ਗਈ, ਧਾਰਮਿਕ ਸਜ਼ਾ ਦਿੱਤੀ ਗਈ ਹੈ, ਮੈਸੇਜ ਤਾਂ ਇਹ ਗਿਆ ਨਾ ਜੀ। ਜਦੋਂ ਕਿ ਪੰਥ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਰਾਜਨੀਤਿਕ ਸਜ਼ਾ ਦਿੱਤੀ ਜਾਵੇ, ਅਕਾਲੀ ਦਲ ਦਾ ਦਬਾਅ ਬਣਾਉਣ ਦਾ ਮੁੱਦਾ ਵੀ ਇਹੀ ਸੀਗਾ, ਚਾਹੇ ਵਿਰਸਾ ਸਿੰਘ ਬੁਲਟੋਵਾ ਨੇ, ਚਾਹੇ ਧਾਮੀ ਸਾਹਿਬ ਨੇ, ਜਾਂ ਕੋਈ ਹੋਰ ਲੋਕ ਨੇ ਜਿਹੜੇ ਮਿਲਦੇ ਗਿਲਦੇ ਰਹੇ ਨੇ, ਵੀ ਧਾਰਮਿਕ ਸਜ਼ਾ ਚੀਮਾ ਸਾਹਿਬ ਮਿਲੇ ਨੇ, ਵੀ ਧਾਰਮਿਕ ਸਜ਼ਾ ਦੇ ਰਹੇ ਹੋ। ਰਾਜਨੀਤਿਕ ਸਜ਼ਾ ਦਾ ਕੋਈ ਪ੍ਰੈਸੀਡੈਂਟ ਪਹਿਲਾਂ ਹੈ ਵੀ ਇਹ ਤੇ ਨਹੀਂ ਵੀ ਹੈ? ਧਾਰਮਿਕ ਸਜ਼ਾ ਦੇਣ ਨਾਲ ਕੀ ਹੈ ਕਿ ਉਹ ਜਿਹੜੀ ਸਿੰਘ ਸਾਹਿਬ ਇਸ ਗੱਲ ਤੇ ਵਧੇਰੇ ਉਹਨਾਂ ਨੇ ਫੋਕਸ ਕੀਤਾ ਹੈ ਕਿ ਜੋ ਬਖਸ਼ਿੰਦ ਤਖ਼ਤ ਤੇ ਆ ਕੇ ਬਖਸ਼ਿਸ਼ ਲੈਣ ਵਾਸਤੇ ਮੁਆਫ਼ੀ ਮੰਗਦਾ ਹੈ ਔਰ ਸੱਚੇ ਦਿਲੋਂ ਮੰਨਦਾ ਹੈ, ਤਾਂ ਉਸ ਵਾਸਤੇ ਅਕਾਲ ਤਖ਼ਤ ਸਾਹਿਬ ਮਾਫ਼ ਕਰਦਾ, ਜੋੜਦਾ ਨਾ ਕਿ ਤੋੜਦਾ। ਲੇਕਿਨ ਦੂਜੇ ਪਾਸੇ ਗੱਲ ਇਹ ਹੈ ਕਿ ਕੀ ਸਜ਼ਾ ਜਿਹੜੀ ਹੈ ਕੋਈ ਦਿੱਤੀ ਜਾ ਸਕਦੀ ਸੀ ਕਿ ਉਹਨਾਂ ਨੂੰ ਰਾਜਨੀਤੀ ਤੋਂ ਵੱਖ ਕੀਤਾ ਜਾਂਦਾ? ਦਿੱਤੀ ਜਾ ਸਕਦੀ ਸੀ, ਮਤਲਬ 2 ਤੋਂ 5 ਸਾਲ ਤੱਕ ਜਾਂ ਕੁਛ ਸਾਲਾਂ ਲਈ ਉਹ ਸਾਨੂੰ ਮਤਲਬ ਅਧਿਕਾਰਤ ਤੌਰ ਤੇ ਅਕਾਲ ਤਖ਼ਤ ਸਾਹਿਬ ਵੱਲੋਂ ਅਗਰ ਉਹ ਸਜ਼ਾ ਉਹਨਾਂ ਨੂੰ ਇਹ ਦੇ ਦਿੱਤੀ ਜਾਂਦੀ ਕਿ ਤੁਸੀਂ ਰਾਜਨੀਤੀ 'ਚ ਪਾਸੇ ਰਹੋ, ਤੂੰ ਛੁੱਟੀ ਲੈ ਲਓ 2 ਸਾਲ ਵਾਸਤੇ, 5 ਸਾਲ ਬਾਅਦ ਛੁੱਟੀ ਲੈ ਲਓ, ਤਾਂ ਇਹ ਜ਼ਿਆਦਾ ਅੱਛਾ ਹੋ ਸਕਦਾ ਸੀ, ਲੋਕਾਂ ਨੇ ਮੈਸੇਜ ਜਾਣਾ ਸੀਗਾ। ਪਰ ਮੈਂ ਮਹਿਸੂਸ ਕੀਤਾ ਜੋ ਅਸੀਂ ਆਪਣੇ ਡਾਇਲੋਗ ਨਾਲ ਸਾਡੇ ਆਪਣੇ ਜਿਹੜੇ ਸੋਰਸ ਦੇ ਮਿਲਣ 'ਤੇ ਉਹ ਸਿੰਘ ਸਾਹਿਬ ਦੇ ਉੱਤੇ ਇੱਕ ਤਰ੍ਹਾਂ ਦਾ ਪ੍ਰਭਾਵ ਇਹ ਦਿੱਤਾ ਗਿਆ ਲੀਗਲ ਲੋਕਾਂ ਵੱਲੋਂ ਜਾਂ ਹੋਰ ਵੱਲੋਂ, ਵੀ ਤੁਹਾਡਾ ਇਹ ਇੱਕ ਤਰ੍ਹਾਂ ਦੀ ਅਕਾਲੀ ਦਲ ਦੇ ਵਿੱਚ ਇੰਟਰਫੀਅਰੈਂਸ, ਧਾਰਮਿਕ ਸੰਸਥਾ ਦੀ ਹੋ ਜਾਏਗੀ, ਡਾਇਰੈਕਟ ਇਨਵਾਲਵਮੈਂਟ ਹੋ ਜਾਏਗੀ, ਤੁਸੀਂ ਇੱਕ ਪ੍ਰਧਾਨ ਨੂੰ ਕਹਿ ਰਹੇ ਹੋ, ਡਿਕਟੇਟ ਕਰ ਰਹੇ ਹੋ, ਤੁਸੀਂ ਰਾਜਨੀਤਿਕ ਪਾਸੇ ਹੋ ਜਾ, ਲੇਕਿਨ ਪੰਥਕ ਭਾਵਨਾ ਤਾਂ ਚਾਹੁੰਦੀ ਅਸੀਂ ਇਹਨੂੰ ਪਾਸੇ ਹੋ ਜਾਵੇ। ਇੱਥੇ ਆ ਕੇ ਮੈਂ ਸਮਝਦਾ ਕਿ ਸਹਿਦਰ ਸਾਹਿਬ ਜਿਹੜੇ ਨੇ ਉਹ ਅਗਰ ਫਰਜ਼ ਕਰੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਂ ਖੁਦ ਹੀ ਸੁਖਬੀਰ ਸਿੰਘ ਬਾਦਲ ਨੂੰ ਕਨਵਿੰਸ ਕਰਾ ਦਿੰਦੇ, ਉਹ ਤਾਂ ਪਤਾ ਇਹ ਨਾ ਭਾਈ ਸਾਹਿਬ ਤਖ਼ਤ ਅਸਤੀਫਾ ਤਾਂ ਲੈ ਲਿਆ ਗਿਆ, ਪਰ ਅਗਰ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ 'ਤੇ ਕਨਵਿੰਸ ਹੋ ਜਾਂਦਾ ਜਾਂ ਇਹ ਗੱਲ ਚੱਲਦੀ ਵੀ ਉਹ ਖੁਦ ਹੀ ਇਸ ਗੱਲ ਦਾ ਐਲਾਨ ਕਰ ਰਹੇ ਕਿ ਮੈਂ ਰਾਜਨੀਤੀ ਛੱਡੀ, ਤਾਂ ਸ਼ਾਇਦ ਚੰਗਾ ਹੋ ਜਾਂਦਾ, ਉੱਥੇ ਆ ਕੇ ਜਥੇਦਾਰ ਸਾਹਿਬ ਵਾਸਤੇ ਗੱਲ ਸੌਖੀ ਹੋ ਜਾਣੀ ਸੀ। ਹੁਣ ਲੀਗਲ ਜਿਹੜੀ ਪ੍ਰੋਬਲਮ ਮੁੱਖ ਰੱਖਦਿਆਂ ਹੋਇਆ ਕੀਤਾ, ਲੇਕਿਨ ਮੈਂ ਮਹਿਸੂਸ ਕਰਦਾ ਸੁਖਵਿੰਦਰ ਜੀ ਕਿ ਇਹ ਜੋ ਸਜ਼ਾ ਦਿੱਤੀ ਗਈ ਹੈ ਨਾ ਜੀ, ਖਾਸ ਤੌਰ 'ਤੇ ਇਹਦਾ ਜਿਹੜੇ ਇੰਪਲੀਕੇਸ਼ਨਸ ਨੇ ਜੋ ਪੋਲੀਟੀਕਲ ਨੇ, ਦੇਖੋ ਰਾਜਨੀਤਿਕ ਹੀ ਠੀਕ ਚਾਹੁੰਦਾ ਹੈ, ਰਾਜਨੀਤਿਕ ਚਾਹੁੰਦਾ ਮੇਰੀ ਲੋਕਾਂ 'ਚ ਪਲ ਬਣੀ ਰਹੇ, ਲੋਕਾਂ 'ਚ ਮੇਰਾ ਸਤਿਕਾਰ ਮਾਣ ਸਤਿਕਾਰ ਬਣਿਆ ਰਹੇ, ਲੋਕ ਮੇਰੇ ਜੁੜੇ ਰਹਿਣ। ਅੱਜ ਜਦੋਂ ਭਾਵੇਂ ਸਜ਼ਾ ਉਹ ਭੁਗਤ ਲਏਗਾ, ਪਰ ਗੁਨਾਹ ਤਾਂ ਸ਼ੱਕ ਮਾਫ਼ ਨਹੀਂ ਨਾ ਹੋਏਗਾ ਜੀ, ਗੁਨਾਹ ਤਾਂ ਖਤਮ ਨਾ ਹੋਏਗਾ ਜੀ,
ਜਦੋਂ ਪ੍ਰਕਾਸ਼ ਸਿੰਘ ਬਾਦਲ ਸੋਰੀ ਜਦੋਂ ਸੁਖਬੀਰ ਸਿੰਘ ਬਾਦਲ, ਰੱਖੜਾ ਸਾਹਿਬ ਜਾਂ ਹੋਰ ਦੂਜੇ ਢੀਂਡਸਾ ਸਾਹਿਬ ਸਾਰੇ ਹੈਗੇ, ਜਦੋਂ ਕਿਹਨਾਂ 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 ਕਿਸ ਨੈਤਿਕ ਬਲ ਤੇ ਉਹ ਸੰਗਤਾਂ ਜਾ ਕੇ ਖੜੇ ਹੋਣਗੇ? ਸੋਚਣਾ ਪਏਗਾ ਨਾ ਜੀ। ਜੋ ਨੈਤਿਕ ਬਲ ਕਮਜ਼ੋਰ ਹੋ ਗਿਆ ਭਾਈ ਸਿੰਘ ਰਾਜਨੀਤਿਕ ਦਾ, ਤਾਂ ਉਹਨੇ ਰਾਜਨੀਤਿਕ ਕਰਨਾ ਵੀ ਕੀ ਹੈ ਜੀ? ਇਸ ਕਰਕੇ ਸਿੱਧੇ ਤੌਰ ਤੇ ਸਜ਼ਾ ਪੋਲੀਟੀਕਲ ਦਿੱਤੀ ਗਈ ਹੈ, ਲੇਕਿਨ ਫੇਸ ਵੈਲਿਊ ਤੇ ਲੱਗਦੀ ਕਿ ਧਾਰਮਿਕ ਸਜ਼ਾ ਹੈ। ਇਸ ਕਰਕੇ ਮੈਂ ਮਹਿਸੂਸ ਕਰਦਾ ਕਿ ਜੋ ਇਹ ਗੱਲ ਵਾਪਰੀ ਹੈ ਉਹਦੇ ਨਾਲ ਇੱਕ ਨਵਾਂ ਚੈਪਟਰ ਸ਼ੁਰੂ ਹੋ ਗਿਆ ਪੰਜਾਬ ਦੀ ਰਾਜਨੀਤੀ ਦਾ, ਖਾਸ ਤੌਰ 'ਤੇ ਪੰਥਕ ਰਾਜਨੀਤੀ ਦਾ, ਅਕਾਲੀ ਰਾਜਨੀਤੀ ਦਾ। ਇਹ ਨਵਾਂ ਚੈਪਟਰ ਸ਼ੁਰੂ ਹੋਇਆ, ਇਹਦੀਆਂ ਪਰਤਾਂ ਖੋਲਣੀਆਂ ਚਾਹੀਦੀਆਂ। ਮੈਂ ਮਹਿਸੂਸ ਕਰਦਾ ਕਿ ਅਕਾਲੀ ਦਲ ਜੇ ਵੀ ਰਾਜਨੀਤੀ ਕਰਦਾ ਰਿਹਾ, ਜਿਹਨਾਂ ਇਸ਼ੂ 'ਤੇ ਕਰਦਾ ਰਿਹਾ, ਜੋ ਛੱਡ ਦਿੱਤੇ ਗਏ ਇਸ਼ੂਸ, ਜਿਵੇਂ ਮਤਲਬ ਖਾਸ ਤੌਰ 'ਤੇ ਸੰਘਰਸ਼ ਦਾ ਮੁੱਦਾ ਹੈ, ਧਰਮਯੁੱਧ ਮੋਰਚਾ ਹੈ, ਫੈਡਰਲ ਸਟਰਕਚਰ ਵਾਸਤੇ ਮੋਰਚਾ ਲੱਗਿਆ ਸੀ ਨਾ, ਪੰਜਾਬ ਦਾ ਹਿੰਦੁਸਤਾਨ ਦਾ ਸਟਰਕਚਰ ਬਣਾਇਆ ਜਾਏ, ਅਨੰਦਪੁਰ ਦਾ ਮਤਾ ਬੜਾ ਸਪਸ਼ਟ ਕਹਿੰਦਾ। ਉਸ ਤੋਂ ਬਾਅਦ 94 ਦੇ ਵਿੱਚ ਰਾਜਨੀਤੀ ਦਾ ਇੱਕ ਨਵਾਂ ਮੁੱਦਾ ਆਇਆ ਕਿ ਕਨਫੈਡਰੇਸ਼ਨ ਬਣਾਤੀ ਜਾਵੇ ਹਿੰਦੁਸਤਾਨ ਦੇ ਸਾਰੇ ਸਟੇਟ ਨੂੰ। ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਇੰਟਰ ਪ੍ਰੋਵਿੰਸ਼ੀਅਲ ਕਨਫੈਡਰੇਸ਼ਨ ਹੁੰਦੀ ਹੈ, ਇੱਕ ਇੰਟਰ ਗੌਰਮੈਂਟਲ ਕਨਫੈਡਰੇਸ਼ਨ ਹੁੰਦੀ ਹੈ। ਯੂਰਪੀਅਨ ਯੂਨੀਅਨ ਇੰਟਰ ਗੌਰਮੈਂਟਲ ਕਨਫੈਡਰੇਸ਼ਨ ਹੈ, ਗੌਰਮੈਂਟ ਹੈ, ਦੇਸ਼ ਹੈਗੇ ਨੇ, ਜੇ ਕਨਫੈਡਰੇਟ ਬਣਾ ਲਈ ਉਹਨਾਂ ਨੇ। ਹਿੰਦੁਸਤਾਨ ਦੀ ਰਾਜਨੀਤੀ ਜਿਹੜਾ ਸਟਰਕਚਰ ਦਿੱਤਾ ਗਿਆ 94 ਦੇ ਵਿੱਚ, ਉਹ ਸੀਗਾ ਇੰਟਰ ਪ੍ਰੋਵਿੰਸ਼ੀਅਲ ਕਨਫੈਡਰੇਸ਼ਨ, ਕਿ ਸਾਰੇ ਰਾਜਾਂ ਨੂੰ ਇੱਕ ਤਰ੍ਹਾਂ ਵੱਖਰਾ ਅਧਿਕਾਰ ਦੇ ਕੇ, ਵੱਖਰਾ ਪ੍ਰਾਈਮ ਮਿਨਿਸਟਰ, ਵੱਖਰਾ ਕੰਸਟੀਟਿਊਸ਼ਨ ਦੇ ਕੇ, ਝੰਡਾ ਦੇ ਕੇ ਉਹਨਾਂ ਨੂੰ ਤੁਸੀਂ ਗੋਆਲ ਕਰੋ, ਕਨਫੈਡਰੇਸ਼ਨ ਬਣਾ ਦਿਓ। ਇਹ ਮੁੱਦਾ ਛੱਡ ਗਿਆ ਅਕਾਲੀ ਦਲ। ਜਿਹੜੇ ਹੋਰ ਸਾਰੇ ਰਹਿੰਦੇ ਇਸ਼ੂਜ਼ ਨੇ, ਚੰਡੀਗੜ੍ਹ ਦਾ, ਪਾਣੀਆਂ ਦਾ ਸਾਰਾ ਚੱਲਦਾ ਪਿਆ, ਉਹ ਸਾਰਾ ਛੱਡ ਦਿੱਤੇ ਗਏ। ਪੰਥਕ ਭਾਵਨਾਵਾਂ ਜਿਹੜੀਆਂ ਕਹਿੰਦੀਆਂ ਨੇ ਕਿ ਸਾਡਾ ਮਾਣ ਸਤਿਕਾਰ ਪੰਜਾਬ ਦੇ ਵਿੱਚ ਹੋਵੇ, ਜਿਹੜੀ ਦੂਜੀ ਧਿਰ ਆਈ ਅੰਮ੍ਰਿਤਪਾਲ ਸਿੰਘ ਧਿਰ ਆਈ, ਦੂਜੀ ਧਿਰ ਆਈ, ਉਹਨਾਂ ਨੇ ਕਿਹਾ ਕਿ ਦੇਸ਼ ਆਜ਼ਾਦ ਹੈ ਪਰ ਅਸੀਂ ਗੁਲਾਮ ਹਾਂ, ਪੰਜਾਬ ਗੁਲਾਮ ਹੈ। ਇਸ ਆਧਾਰ ਤੇ ਉਹਨਾਂ ਨੇ ਆਪਣੀ ਰਾਜਨੀਤੀ ਖੜੀ ਕੀਤੀ ਹੈ। ਤਾਂ ਮੈਂ ਮਹਿਸੂਸ ਕਰਦਾ ਕਿ ਇਹ ਜਿਹੜੇ ਇਸ਼ੂਜ਼ ਨੇ ਨਾ ਸੁਖਵਿੰਦਰ ਜੀ, ਉਹ ਖੁੱਲ੍ਹ ਗਏ ਹੁਣ। ਜਿਹੜੀ ਰਾਜਨੀਤੀ ਪਰਿਵਾਰਕ ਰਾਜਨੀਤੀ ਤੋਂ ਬਾਹਰ ਆ ਗਈ, ਇੱਕ ਮੈਂ ਬੜੀ ਸਪਸ਼ਟ ਮੈਂ ਗੱਲ ਕਰਾਂਗਾ ਕਿ ਜਿਹੜਾ ਡੱਕਾ ਲੱਗਿਆ ਸੀ ਨਾ ਭਾਈ ਸਾਹਿਬ, ਨਾ ਕਿਤੇ ਕੋਈ ਸੰਵਾਦ ਹੁੰਦਾ ਸੀਗਾ ਖੁੱਲ੍ਹ ਕੇ, ਨਾ ਕਿਸੇ ਗੱਲ ਹੁੰਦੀ ਸੀ ਵਿਦਵਾਨਾਂ ਵੱਲੋਂ, ਨਾ ਲੋਕਾਂ ਵੱਲੋਂ, ਨਾ ਕਿਸੇ ਤਰੀਕੇ ਅੰਦਰ ਬੈਠੇ ਕਾਰਜਕਾਰਨੀ ਹੈ ਜਾਂ ਕੋਰ ਕਮੇਟੀ ਹੈ, ਉਹ ਮੂੰਹ ਸੀ ਲੈਂਦੇ ਸੀਗੇ। ਅੱਜ ਜਿਹੜੀ ਨਵੀਂ ਕਮੇਟੀ ਬਣੇਗੀ, ਬੜਾ ਭੈ ਸੀ ਨਾ ਸੁਖਵਿੰਦਰ ਸਿੰਘ ਜੀ, ਬਾਦਲ ਪਰਿਵਾਰ ਦਾ ਸ਼ਖਸੀਅਤ ਦਾ ਭੈ ਸੀ ਨਾ ਜੀ, ਉਹ ਭੈ ਨਿਕਲ ਗਿਆ। ਇਸ ਫੈਸਲੇ ਦਾ ਸਭ ਤੋਂ ਵੱਡਾ ਪ੍ਰਭਾਵ ਇਹ ਜਾਣਾ ਹੈ ਕਿ ਜਦੋਂ ਲੋਕਾਂ ਜੋੜ ਨਵੇਂ ਬੈਠਣਗੇ, ਨਵੀਂ ਲੀਡਰਸ਼ਿਪ ਆਏਗੀ, ਇਸ ਵਾਸਤੇ ਵਰਕ ਕਰਨਾ ਪਏਗਾ, ਇਹ ਕੋਈ ਸੌਖਾ ਕੰਮ ਤਾਂ ਹੈ ਨਹੀਂ ਜੀ। ਜਦੋਂ ਲੋਕ ਬੈਠਣਗੇ ਤਾਂ ਡੈਮੋਕਰੈਟਿਕ ਪ੍ਰੋਸੈਸ 'ਚੋਂ ਨਿਕਲ ਕੇ ਆਉਣਗੇ ਨਾ ਜੀ। ਜਦੋਂ ਡੈਮੋਕਰੈਟਿਕ ਪ੍ਰੋਸੈਸ 'ਚ ਨਿਕਲ ਕੇ ਜੋ ਵੀ ਇਸ਼ੂ ਸਾਹਮਣੇ ਆਉਣਗੇ, ਉਹ ਵਾਸਤੇ ਉਹ ਸੁਖਬੀਰ ਸਿੰਘ ਬਾਦਲ ਤੋਂ ਭੈ ਮੁਕਤ ਹੋ ਕੇ ਗੱਲ ਕਰਨਗੇ। ਉਹ ਇਸ ਤਰ੍ਹਾਂ ਨਹੀਂ ਕਰਨਗੇ ਕਿ ਤੁਹਾਨੂੰ ਅਧਿਕਾਰ ਦੇ ਦਿੱਤੇ ਗਏ, ਤੁਸੀਂ ਜੋ ਮਰਜ਼ੀ ਫਿਕਰ ਕਰੋ। ਸੋ ਮੈਂ ਸਮਝਦਾ ਇੱਕ ਤਾਂ ਇਸ ਵਾਸਤੇ ਰਸਤਾ ਖੁੱਲ੍ਹ ਗਿਆ, ਰਾਹ ਦਿਖਾਤਾ ਉਹਨਾਂ ਨੇ, ਸਿੰਘ ਸਾਹਿਬ ਨੇ ਰਾਹ ਦਿਖਾ ਦਿੱਤਾ, ਜਿਹਦੇ ਵਿੱਚ ਕੋਈ ਸ਼ੱਕ ਨਹੀਂ। ਲੇਕਿਨ ਰਾਹ ਦੇ ਤੁਰਨ ਨਾਲ ਪੰਥ ਨੇ ਆ ਜੀ, ਸਿੰਘ ਸਾਹਿਬ ਦੀ ਜੋ ਮਰਿਆਦਾ ਹੈਗੀ ਅਕਾਲ ਤਖਤ ਸਾਹਿਬ ਦੀ ਹੁਣ ਬੜੀ ਸਪਸ਼ਟ ਹੋ ਗਈ ਹੈ, ਉਹ ਇਹ ਹੈ ਕਿ ਸਿੰਘ ਸਾਹਿਬ ਜਿਹੜੇ ਨੇ ਅਕਾਲ ਤਖਤ ਪੰਜ ਪਿਆਰੇ ਸੰਸਥਾ, ਉਹ ਪੰਥ ਦੀਆਂ ਭਾਵਨਾਵਾਂ ਨੂੰ, ਚੇਤਨਾਵਾਂ ਨੂੰ, ਚੇਤਨਾਵਾਂ ਨੂੰ ਸਾਰੇ ਬੋਲ ਦਿੰਦੇ ਨੇ, ਪਹਿਲਾਂ ਕਹਿੰਦੇ ਸ਼ਬਦ ਅਰਥ ਬੋਲ ਦਿੰਦੇ ਨੇ। ਅੱਜ ਉਹਨਾਂ ਨੇ ਬੋਲ ਦੇ ਦਿੱਤੇ, ਉਹਦੇ ਅਰਥ ਹੁਣ ਅਸੀਂ ਕੱਢਣੇ ਨੇ, ਉਹਦੇ ਅਰਥ ਸਾਰੇ ਪੰਥ ਨੇ ਕੱਢਣੇ ਨੇ। ਡਿਬੇਟ ਚਲਾਉਣ, ਵਿਦਵਾਨ ਸੋਚਣ ਵੀ ਜਿਹੜਾ ਨਵਾਂ ਅਕਾਲੀ ਦਲ ਹੈ ਜਾਂ ਨਵੀਂ ਜਿਹੜੀ ਪਾਰਟੀ ਉੱਠੇ, ਉਹਦੇ ਲਈ ਏਜੰਡਾ ਕੀ ਹੈ, ਉਹਦੇ ਲਈ ਵਿਜਨ ਕੀ ਹੈ। ਫਾਰਚੂਨੇਟਲੀ ਮੈਂ ਇਹ ਸਾਰਾ ਕੁਛ ਸਰ ਸੁਖਵਿੰਦਰ ਸਿੰਘ ਜੀ ਵੇਖ ਕੇ, ਸੋਚ ਕੇ ਬੜਾ ਮੈਂ ਕੰਮ ਕੀਤਾ ਹੈ। ਸਾਡੀ ਸਿੱਖ ਇੰਸਟੀਟਿਊਸ਼ਨ ਨੇ, ਭਾਈ ਗੁਰਦਾਸ ਇੰਸਟੀਟਿਊਸ਼ਨ, ਹਰੋਸ਼ੀ ਸਾਹਿਬ, ਕਪੂਰ ਸਿੰਘ ਸਵਾਦੀ ਸਕੂਲ ਚਿੰਤਨ ਬਣਾਇਆ ਹੋਇਆ, ਅਸੀਂ ਇਸ ਬਾਰੇ ਬੜਾ ਸਪਸ਼ਟ ਕੰਮ ਕੀਤਾ। ਮੈਂ ਤੁਹਾਨੂੰ ਕਿਤਾਬਾਂ ਭੇਜੀਆਂ ਹੋਈਆਂ ਨੇ ਕਿ ਸਾਡੇ ਕੋਲ ਪੰਜਾਬ ਏਜੰਡਾ ਵੀ ਹੈ, ਔਰ ਜਿਹੜਾ ਸਾਡਾ ਪੰਥਕ ਏਜੰਡਾ ਬਣਾਇਆ ਹੋਇਆ, ਇੱਕ ਨਵਾਂ ਜਿਹੜਾ ਕਰਤਾਰਵੀ ਮਾਡਲ ਜਿਹਾ ਹੈਗਾ, ਉਸ ਨੂੰ ਆਧਾਰ ਤੇ ਪੰਜਾਬ ਦੀ ਕਿਵੇਂ ਨਵਸਾਰ ਕੀਤੀ ਜਾ ਸਕਦੀ, ਉਹ ਵੀ ਬਣਾ ਦਿੱਤਾ ਹੋਇਆ। ਸੋ ਮੈਂ ਵਿਦਵਾਨਾਂ ਨੂੰ ਬੇਨਤੀ ਕਰਦਾ
ਪੋਲੀਟੀਕਲ ਜਿਹੜੇ ਸੀਗੇ ਐਨਾਲਿਸਟ ਨੂੰ ਬੇਨਤੀ ਕਰਦਾ ਕਿ ਸਾਡੇ ਕੋਲ ਜੋ ਬਣਿਆ ਹੋਇਆ ਇਹਨੂੰ 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 ਸੰਵਾਦ 'ਚ ਪਾ ਲਓ, ਇਸ ਤੋਂ ਅੱਗੇ ਤੁਰੋ। ਜਿਵੇਂ ਜਿਵੇਂ ਅਕਾਲੀ ਰਾਜਨੀਤੀ ਅੱਗੇ ਤੁਰੇਗੀ ਨਾ ਜੀ, ਉਹਦੇ ਵਾਸਤੇ ਸਮਾਜ ਚੱਲੇਗਾ। ਇਸ ਤਰ੍ਹਾਂ ਇੰਟਲੈਕਚੁਅਲ ਰੈਵੋਲਿਊਸ਼ਨ ਆ ਚੁੱਕਾ, ਮੈਂ ਜੋ ਕਿਤਾਬਾਂ ਲਿਖ ਚੁੱਕਾ, ਇਸ ਰੈਵੋਲਿਊਸ਼ਨ ਦੀ ਪਰਤਾ ਖੋਲ ਲਓ। ਮੈਂ ਅਕਾਲ ਤਖ਼ਤ ਅਜਾਇਬ ਸਾਹਿਬ ਬਿਲਕੁਲ ਦੇਖਿਆ ਕਿਤਾਬਾਂ, ਸਮਝਾਇਆ ਵੀ, ਉਹਨੇ ਦੱਸਿਆ ਵੀ ਕਿਤਾਬਾਂ 'ਚ ਕੀ ਲਿਖਿਆ। ਸੋ ਮੈਂ ਸਮਝਿਆ ਕਿ ਨਵਾਂ ਸਮਾਂ ਆ ਰਿਹਾ, ਨਵਾਂ ਨਵਾਂ ਗੇੜ, ਇੱਕ ਨਵਾਂ ਰਸਤਾ ਖੁੱਲ ਗਿਆ। ਉਸ ਵਾਸਤੇ ਕਿਵੇਂ ਅੱਗੇ ਵਧਿਆ ਜਾਏਗਾ, ਇਹ ਸਾਰੇ ਪੰਥ ਅੱਗੇ ਨਵੀਂ ਚੁਣੌਤੀ ਆ ਗਈ ਹੈ। ਕੋਈ ਚੁਣੌਤੀਆਂ ਜਿਹੜੀਆਂ ਹੋਰ ਪਾਸੇ ਬਹੁਤ ਆ ਗਈਆਂ ਜੀ, ਸੈਂਟਰ ਗੌਰਮੈਂਟ ਵੱਲੋਂ ਨੇ, ਸਟੇਟ ਦੀਆਂ ਸਟੇਟ ਚੁਣੌਤੀਆਂ ਨੇ, ਦੂਜੀਆਂ ਪਾਰਟੀਆਂ ਅੱਗੇ ਆ ਰਹੀਆਂ ਨੇ ਲੋਕਾਂ ਦੇ ਵਿੱਚ, ਕਿਸ ਤਰ੍ਹਾਂ ਦਾ ਉਹਨਾਂ ਦਾ ਬੇਸ ਵਧੀ, ਮਾਸ ਬੇਸ ਵੱਧ ਰਿਹਾ ਹੈ। ਅਕਾਲੀ ਦਲ ਬਹੁਤ ਪਿਛੜ ਗਿਆ ਹੈ, ਬਹੁਤ ਪਿਛੜ ਗਿਆ ਸੀ। ਇਹ ਇਹ ਇੱਕ ਬਾਊਂਸ ਬੈਂਕ ਕਿਵੇਂ ਕਰਨਾ ਹੈ, ਬਾਊਂਸ ਬੈਂਕ ਕਰਨ ਦੀ ਬੜੀ ਬੜੀ ਜਿਹਨੂੰ ਕੁਆਂਟਮ ਲੀਪ ਕਹਿੰਦੇ ਆ, ਉਹਦੀ ਬੜੀ ਲੋੜ ਹੈ। ਉਸ ਵਾਸਤੇ ਸਾਰਿਆਂ ਨੂੰ ਤਿਆਰ ਹੋਣਾ ਪਏਗਾ ਜੀ। ਜੀ ਭਾਈ ਸਾਹਿਬ, ਸਵਾਲ ਹੁਣ ਬਾਕੀ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਦੀ ਸਿਆਸਤ ਦੇ ਉੱਤੇ, ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨਪੁਰੀ ਖਾਲਿਸਤਾਨ ਦੀ ਗੱਲ ਕਰਦੇ, ਕਦੇ ਸੱਤਾ ਦੇ ਵਿੱਚ ਮਤਲਬ ਕਿ ਲੋਕ ਸਭਾ ਸੀਟ ਜਿੱਤ ਲਈ, ਜਾਂ ਕਦੇ ਬਾਹਰ ਰਹਿ ਕੇ ਚੁਣੌਤੀਆਂ ਦਿੱਤੀਆਂ, ਕੀ ਕਦੇ ਉਹ ਅਕਾਲੀ ਸਿਆਸਤ ਨੂੰ ਬਚਾ ਪਾਉਣਗੇ? ਮਤਲਬ ਕਿ ਜੋ ਹੁਣ ਅਕਾਲੀ ਦਲ ਦਾ ਵੋਟ ਬੈਂਕ ਕਹਿ ਲਓ ਜਾਂ ਇਹਨਾਂ ਦਾ ਕੈਡਰ ਸੀਗਾ, ਕਿ ਉਹ ਹੁਣ ਖੇਡਿਆ ਪੁੰਡਿਆ ਫਿਰਦਾ, ਆਪਾਂ ਜ਼ਿਮਨੀ ਚੋਣਾਂ ਨਤੀਜਿਆਂ 'ਚ ਵੇਖਿਆ। ਦੂਜੀ ਗੱਲ ਜਿਹੜੀ ਅੰਮ੍ਰਿਤਪਾਲ ਸਿੰਘ ਵਾਲੀ ਹੈ, ਉਹ ਤੇ ਅੱਗੇ ਗੁਰੂ ਗ੍ਰੰਥ ਸਾਹਿਬ ਨੂੰ ਦੇ ਸਰੂਪ ਜਿਹੜੇ ਨੇ ਉਹਨਾਂ ਨੂੰ ਥਾਣੇ 'ਚ ਲੈ ਕੇ ਜਾਣਾ, ਉਹ ਕਮੇਟੀ ਦਲ ਤੋਂ ਕੋਈ ਫੈਸਲਾ ਸਾਹਮਣੇ ਨਾ ਆਉਣਾ, ਉਹ ਵੀ ਉਹਨਾਂ ਮਾਮਲਿਆਂ ਦੇ ਵਿੱਚ ਘਿਰੇ ਹੋਏ ਨੇ, ਜਾਂ ਉਹਨਾਂ ਦੀ ਬਿਆਨਬਾਜ਼ੀ ਜਿਹੜੀ ਹੈ ਜਿਹਦੇ ਕਰਕੇ ਉਹ NSA ਤਹਿਤ ਬੰਦ ਨੇ, ਜਾਂ ਹੋਰ ਮਾਮਲੇ ਉਹ ਵੀ ਉੱਥੇ ਘਿਰੇ ਹੋਏ ਨੇ। ਕੀ ਇਹ ਪੰਥਕ ਸਿਆਸਤ ਨੂੰ ਬਚਾ ਪਾਉਣਗੇ, ਜਾਂ ਫਿਰ ਜਿਹੜਾ ਅਕਾਲੀ ਦਲ ਬਾਦਲਾਂ ਵਾਲਾ ਕਹਿ ਲਓ ਜਾਂ ਮੂਲ ਅਕਾਲੀ ਦਲ ਹੈ, ਉਹੀ ਪੰਥਕ ਸਿਆਸਤ ਦੀ ਅਗਵਾਈ ਕਰ ਸਕਦਾ? ਇਹਨਾਂ ਦੋਹਾਂ ਧਿਰਾਂ ਬਾਰੇ ਤੇ ਮੂਲ ਪੰਥਕ ਸਿਆਸਤ ਬਾਰੇ ਤੁਹਾਡਾ ਕੀ ਮਨ? ਬਹੁਤ ਥੋੜਾ ਪਰਟੀਕੁਲਰ ਸਵਾਲ ਹੈ। ਦੇਖੋ ਭਾਈ ਸਾਹਿਬ, ਇਹ ਜਿਹੜੀ ਮੈਂ ਤੁਸੀਂ ਸਵਾਲ ਕੀਤਾ ਨਾ ਜੀ, ਇਹ ਇਹ ਰਿਲੇਟ ਕਰਦਾ ਹੈ ਸਿੱਖ ਪੰਥ ਦੀ ਅਕਾਲੀ ਦਲ ਤੋਂ ਬਦਲਵੀਂ ਰਾਜਨੀਤੀ। ਬਦਲਵੀਂ ਰਾਜਨੀਤੀ ਕੀ ਹੈ, ਆਲਟਰਨੇਟਿਵ ਪੋਲੀਟਿਕਸ ਕੀ ਹੈ, ਅਕਾਲੀ ਪੋਲੀਟਿਕਸ? ਉਸ ਵਾਸਤੇ ਲਗਾਤਾਰ ਯਤਨ ਹੋਏ ਜੀ। ਧਰਮਯੁੱਧ ਮੋਰਚੇ ਦੌਰਾਨ ਵੀ ਦੋ ਸ਼ਖਸੀਅਤਾਂ ਉੱਭਰ ਕੇ ਆਈਆਂ, ਸੰਤ ਹਰਚਰਨ ਸਿੰਘ ਲੌਂਗੋਵਾਲ ਤੇ ਪ੍ਰਕਾਸ਼ ਸਿਮਰਜੀਤ ਸਿੰਘ, ਸੋਰੀ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਦੋਂ ਚਲੇ ਗਏ, ਦੋਨੋਂ ਸੀਟ ਉੱਠ ਕੇ 84 ਚਲੇ ਗਏ। ਉਸ ਤੋਂ ਬਾਅਦ ਕਿਸੇ ਨਵਾਂ ਮੌਕਾ ਆਇਆ। ਨਵੇਂ ਮੌਕੇ 'ਚ ਜਦੋਂ ਸੰਯੁਕਤ ਅਕਾਲੀ ਦਲ ਬਾਬਾ ਜੋਗਿੰਦਰ ਸਿੰਘ ਅਗਵਾਈ ਹੇਠ ਬਣਿਆ, ਤਾਂ ਸਾਰੇ ਅਕਾਲੀ ਦਲ ਨੇ ਆਪਣੀ ਰਿਸਪੈਕਟੀਵਿਟੀ ਬਣਾਉਣ ਵਾਸਤੇ ਉਹਨਾਂ ਨੂੰ ਆਪਣਾ ਆਗੂ ਮੰਨ ਲਿਆ, ਪਰ ਉੱਧਰ ਸਰਕਾਰ ਸਮਝੌਤਾ ਕਰਨਾ ਚਾਹੁੰਦੀ ਸੀ। ਮੈਂ ਦੋ ਮਿੰਟ ਲਵਾਂਗਾ ਤੁਹਾਡੇ। ਸਰਕਾਰ ਨੇ ਇਹ ਕਿਸ ਤਰੀਕੇ ਹਾਲਾਤ ਬਣਾ ਦਿੱਤੇ ਕਿ ਅਕਾਲੀ ਦਲ ਜਿਹੜੇ ਸਾਰੇ ਸੰਤ ਲੌਂਗੋਵਾਲ, ਪ੍ਰਕਾਸ਼ ਸਿੰਘ ਬਾਦਲ, ਕਿਸ਼ਨ ਗੁਪਤਾ, ਇਹ ਬਾਬਾ ਜੋਗਿੰਦਰ ਸਿੰਘ ਸਾਹ ਛੱਡ ਕੇ ਬਾਹਰ ਆ ਗਏ। ਉਦੋਂ ਬਾਈਕਾਟ ਕਰਤਾ ਜੀ ਬਾਬਾ ਜੋਗਿੰਦਰ ਸਿੰਘ ਨੇ ਚੋਣਾਂ ਦਾ। ਮੈਂ ਉਹਨਾਂ ਮੌਕਿਆਂ ਦੀ ਗੱਲ ਥੋੜ੍ਹੀ ਕਰਾਂਗਾ ਜਿਹਨਾਂ ਮੌਕੇ ਆਏ ਲੇਕਿਨ ਗਵਾ ਦਿੱਤੇ ਗਏ। ਬਾਬਾ ਜੋਗਿੰਦਰ ਦਾ ਮੌਕਾ ਗਵਾ ਦਿੱਤਾ ਔਰ ਅਕਾਲੀ ਦਲ ਫਿਰ ਸਰਕਾਰ ਸੱਤਾ 'ਚ ਆ ਗਿਆ। 1999 ਵਿੱਚ ਸੰਯੁਕਤ ਅਕਾਲੀ ਦਲ ਅਤੇ ਸਿੱਖ ਸਰੂਪ ਫੈਡਰੇਸ਼ਨ ਨੇ ਇਲੈਕਸ਼ਨਾਂ ਲੜੀਆਂ ਲੋਕ ਸਭਾ ਦੀਆਂ, ਲੋਕਾਂ ਨੇ ਭਰਪੂਰ ਸਮਰਥਨ ਦਿੱਤਾ ਲੇਕਿਨ ਮੌਕਾ ਗਵਾ ਦਿੱਤਾ ਗਿਆ ਆਲਟਰਨੇਟਿਵ ਪੋਲੀਟਿਕਸ ਸਿਰਜਣ ਦਾ, ਗਵਾ ਦਿੱਤਾ ਨਾ ਜੀ। 91 ਚੋਣਾਂ ਹੋਣ ਲੱਗੀਆਂ ਸੀਗੀਆਂ ਫੈਡਰੇਸ਼ਨ ਅਤੇ ਬਾਬਾ ਜੋਗਿੰਦਰ ਸਿੰਘ ਦਲ ਵੱਲੋਂ, ਉਹ ਅਖੀਰਲੇ ਸਮੇਂ 'ਤੇ ਜੋ ਅੰਦਰੂਨੀ ਹਾਲਾਤ ਵਿੱਚ ਫੀਡਬੈਕ ਗਈ, ਉਹਨਾਂ ਨੇ ਸਰਕਾਰ ਨੇ ਕੈਂਸਲ ਕਰ ਦਿੱਤੀ। 92 ਦੇ ਵਿੱਚ ਨੀਤੀ ਤਹਿਤ ਅਕਾਲੀ ਦਲ ਦੇ ਬਾਈਕਾਟ ਕਰਦੇ ਚੋਣਾਂ ਦਾ, ਲੇਕਿਨ ਇਹਨਾਂ ਨੇ ਬਾਈਕਾਟ ਕਰ ਦਿੱਤਾ। ਬੜੀ ਹੈਰਾਨਗੀ ਦੀ ਗੱਲ ਸੀ ਨਾ ਜੀ, ਜਦੋਂ ਸਾਰਾ ਪੰਥ ਤੁਹਾਡੇ ਤੋਂ ਆਸ ਰੱਖ ਰਿਹਾ ਕਿ ਤੁਸੀਂ ਚੋਣਾਂ ਲੜ ਕੇ ਸੱਤਾ 'ਚ ਆਓ, ਤਾਂ ਕਿਹਨਾਂ ਹਾਲਾਤ ਕਰਕੇ ਚੋਣਾਂ ਬਾਈਕਾਟ ਕਰਤੀ ਗਈਆਂ? ਉਹ ਮੌਕਾ ਗਵਾ ਦਿੱਤਾ। 97 'ਚ ਮੌਕਾ ਗਵਾ ਦਿੱਤਾ ਗਿਆ, 94 'ਚ ਮੌਕਾ ਗਵਾ ਦਿੱਤਾ ਗਿਆ, ਜਦੋਂ ਸਾਰਾ ਸੱਤ ਦਲ ਇਕੱਠੇ ਕਰਕੇ ਬਾਈਪੋਲਰ ਬਣਾ ਦਿੱਤੀ ਸੀ ਪ੍ਰੋਫੈਸਰ ਮਨਜੀਤ ਸਿੰਘ ਪੋਲੀਟਿਕਸ,
ਇੱਕ ਪਾਸੇ ਅਮਰ ਸਿੰਘ ਮਾਸੇ ਸਿਮਾਨ ਬਲਕਾਰ ਸਿੰਘ ਬਾਦਲ ਤੋਂ ਇਲਾਵਾ ਸਾਰੇ ਇਕੱਠੇ ਹੋ ਗਏ ਨਾ ਸੀ ਜੀ, ਉਹ ਮੌਕੇ ਗੁਆਤਾ ਗਿਆ। ਫਿਰ ਉਸ ਤੋਂ ਬਾਅਦ ਚੱਬਾ ਕਾਨਫਰੰਸ ਹੋਈ ਜੀ ਇੰਨੇ ਸਾਲਾਂ ਬਾਅਦ, ਉਹ ਮੌਕੇ ਗੁਆਤੇ ਗਏ। ਫਿਰ ਵਰਤਮਾਨ ਦੇ ਕੌਮੀ ਸਾਹਿਬ ਮੋਰਚਾ ਲੜ ਗਿਆ। ਕਹਿਣ ਦਾ ਭਾਵ ਕੀ ਹੈ ਕਿ ਸੰਘਰਸ਼ ਦੀ ਸਾਰੀ ਜਿਹੜੀਆਂ ਪੌੜੀ ਦਰ ਪੌੜੀ ਇਹ ਲੋਕ ਚੱਲਦੇ ਆ ਰਹੇ ਨੇ, ਸੰਘਰਸ਼ ਲੜਦੇ ਆ ਰਹੇ ਨੇ ਜੀ, ਪਰ ਇਹਨਾਂ ਦੀ ਰਾਜਨੀਤਿਕ ਤੌਰ ਤੇ ਆਰਗਨਾਈਜ਼ ਨਹੀਂ, ਪਾਰਟੀ ਨਹੀਂ ਬਣਾਈ, ਸਟਰਕਚਰ ਨਹੀਂ ਬਣਾਏ, ਲੈ ਦੇ ਕੇ ਫਿਰ ਅਕਾਲੀ ਦਲ ਤੇ ਲੋਕਾਂ ਡਿਪੈਂਡ ਕਰਨਾ ਪਿਆ, ਚਾਹੇ ਉਹ 77 ਸੀਗਾ, ਚਾਹੇ ਉਹ 85 ਹੈ, ਚਾਹੇ ਉਹ 97 ਤੇ, ਚਾਹੇ 7 ਤੇ 14 ਸਾਲ ਆ ਗਏ ਨਾ ਜੀ। ਉਹ ਹੁਣ ਮੈਂ ਕਰਦਾ ਜੀ ਤੁਸੀਂ ਗੱਲ ਕਰਦੇ ਹੋ, ਇੱਕ ਪਾਸੇ ਤਾਂ ਚਹਿਦਾਰ ਸਾਹਿਬ ਇਹ ਗੱਲ ਨੂੰ ਮੰਨ ਕੇ ਚੱਲਦੇ ਨੇ ਇਹ ਅਕਾਲੀ ਦਲ ਰਿਵਾਈਵ ਹੋਵੇ, ਕਿਉਂਕਿ ਇਹ ਵੱਡੀ ਧਿਰ ਬਣ ਗਈ ਹੈ ਨਾ ਜੀ। ਇਸ ਵੱਡੀ ਧਿਰ ਦੇ ਆਲੇ ਦੁਆਲੇ ਜਿਹੜੀ ਸਾਹਮਣੇ ਬਰਾਬਰ ਨੇ ਉਹ ਖਿੰਡੀਆਂ ਹੋਈ ਧਿਰਾਂ ਨੇ ਜੀ, ਮੁੱਖ ਤੌਰ ਤੇ 4-5 ਗਿਣਦਾ। ਸਿਮਰਜੀਤ ਸਿਮਾਨ ਡਾਇਰੈਕਟ ਪੋਲੀਟਿਕਸ, ਵੋਟਰ ਇਲੈਕਟੋਰਲ ਪੋਲੀਟਿਕਸ ਨੇ, ਜਿਹੜਾ ਸ਼ੇਰ ਪੰਜਾਬ ਅਕਾਲੀ ਦਲ ਬਣਿਆ ਗੁਰਦੀਪ ਸਿੰਘ ਵਾਲਾ, ਉਹ ਵੀ ਇਲੈਕਟਰ ਪੋਲੀਟਿਕਸ ਨਹੀਂ ਆਉਂਦਾ ਲੇਕਿਨ ਬਣਾਇਆ ਹੋਇਆ ਉਹਨਾਂ ਨੇ। ਉੱਧਰ ਦਲ ਖਾਲਸਾ ਹੈਗਾ ਤੇ ਚੌਥੀ ਧਿਰ ਜਿਹੜੀ ਆ ਉਹ ਅੰਮ੍ਰਿਤਪਾਲ ਸਿੰਘ ਦੀ ਬਣੀ ਹੋਈ ਹੈ। ਹੁਣ ਅੰਮ੍ਰਿਤਪਾਲ ਸਿੰਘ ਅਜੇ ਅਨਟ੍ਰਾਈਡ ਬੰਦਾ ਹੈ, ਕਿਸੇ ਨਾ ਕਿਸੇ ਰੂਪ ਵਿੱਚ ਉਹ ਜੋ ਕੁਛ ਉਹਨਾਂ ਨੇ ਨੀਤੀਆਂ ਬਣਾਈਆਂ ਜੋ ਗੁਰਦੁਆਰਾ ਸਾਹਿਬ ਜ਼ਿਕਰ ਕਰਦੇ ਉਹ ਚਲੇ ਗਏ ਅੰਦਰ, ਪਰ ਇਸ ਵੇਲੇ ਉਹਨਾਂ ਦੀ ਜਿਹੜੀ ਸਥਾਨ ਹੈ ਨਾ ਜੀ ਉਹ ਬੜਾ ਗੰਭੀਰ ਬਣਿਆ ਹੋਇਆ, ਬੜਾ ਵਧੀਆ ਬਣਿਆ ਹੋਇਆ। ਲੋਕਾਂ 'ਚ ਆਸ ਹੈ ਕਿ ਇੱਕ ਬੰਦਾ ਇਹ ਜਿਹੜੇ ਹੈਗੇ ਨੇ ਜਿਹਨਾਂ ਨੇ ਦੋ ਜਿਤਾਇਆ ਉਹਨਾਂ ਨੂੰ ਹਜ਼ੂਰ ਸਾਹਿਬ ਤੇ ਫਰੀਦਕੋਟ ਤੋਂ, ਉਹ ਆ ਕੇ ਕਿਸੇ ਨਾ ਕਿਸੇ ਨਵੀਂ ਰਾਜਨੀਤੀ ਲੈ ਲੈਣਗੇ। ਹੁਣ ਮੈਂ ਮਹਿਸੂਸ ਕਰਦਾ ਕਿ ਇੱਕ ਪਾਸੇ ਤਾਂ ਆਪਾਂ ਆਰਗਨਾਈਜ਼ ਕਰ ਰਹੇ ਅਕਾਲੀ ਦਲ ਨੂੰ, ਹੋ ਜਾਏਗਾ ਕਿਸੇ ਨਾ ਕਿਸੇ ਹੋ ਜਾਏਗਾ ਕਿਉਂਕਿ ਸਾਰਾ ਆਪਣੇ ਕੋਲ ਹੋਰ ਕੋਈ ਬਦਲ ਨਜ਼ਰ ਨਹੀਂ ਆਉਂਦਾ, ਪਰ ਜਦੋਂ ਇਹ ਬਦਲ ਇੱਕ ਹੈ ਲੇਕਿਨ ਡਿਸਔਰਗਨਾਈਜ਼ਡ ਹੈ, ਡਿਸਔਰਗਨਾਈਜ਼ ਬਦਲ ਕਿਵੇਂ ਆਰਗਨਾਈਜ਼ ਹੋਗਾ, ਇਸ ਵਾਸਤੇ ਬੜੀ ਵੱਡੀ ਸ਼ਕਤੀ ਚਾਹੀਦੀ, ਬੜੀ ਵੱਡੀ ਇਮਾਨਦਾਰੀ ਚਾਹੀਦੀ ਹੈ, ਬੜੀ ਵੱਡੀ, ਕਿਉਂਕਿ ਇਹਨਾਂ ਦੇ ਕਾਰਨ ਕੀ ਨੇ, ਕਾਰਨ ਇਹਨਾਂ ਦੇ ਇਹਨੇ ਜਿਹੜਾ ਹੋਮੇ ਆਪਣੀ ਗੱਲ ਨੂੰ ਮਨਵਾਉਣਾ, ਅਸਪਸ਼ਟਤਾ, ਗੱਲ ਕਰਨੀ ਵੀ ਲੇਕਿਨ ਫਿਰ ਉਹ ਕਰਨ ਵੀ ਨਹੀਂ ਦੇਣੀ, ਤੇ ਦੂਸਰੀ ਜਿਹੜੀ ਹੈ ਜਿਵੇਂ ਸਾਰਾ ਆਪਸ ਵਿਰੋਧ ਕਰਨਾ। ਅਕਾਲੀ ਦਲ ਬਾਦਲ ਦਾ, ਪ੍ਰਕਾਸ਼ ਸਿੰਘ ਬਾਦਲ ਦਾ ਇਹਨਾਂ ਦਾ ਇੱਕ ਇੱਕ ਐਡਿਡ ਫੈਕਟਰ ਰਿਹਾ ਸੁਖਵਿੰਦਰ ਜੀ, ਮੈਂ ਸਪਸ਼ਟ ਗੱਲ ਕਰਾਂਗਾ, ਇਸ ਨੇ ਸਾਰਾ ਕੁਰਬਾ ਇਕੱਠਾ ਕਰਕੇ ਰੱਖਿਆ ਸੁਖਬੀਰ ਬਾਦਲ ਨੇ ਤੇ ਪ੍ਰਕਾਸ਼ ਸਿੰਘ ਬਾਦਲ ਨੇ। ਇਹ ਤਾਂ ਹੁਣ ਜਦੋਂ ਸਾਰੇ ਚੋਣਾਂ ਦੇ ਵਿੱਚ ਹਾਰ ਗਏ ਤਾਂ ਆ ਕੇ ਪਹੁੰਚੇ ਅਕਾਲ ਤਖ਼ਤ ਸਾਹਿਬ ਤੇ, ਇਹਨਾਂ ਨੇ ਸਾਰਾ ਕੁਛ ਹਾਈਵਲ ਪਾਈ ਦਾ ਸਾਰਾ ਨਤੀਜਾ ਨਿਕਲ, ਉਹ ਵੀ ਆਪ ਦਾਗੀ ਬਣ ਗਏ ਸਾਰੇ ਤੇ, ਮਿਸਿੰਗ ਸਾਹਿਬ ਨੇ ਕਿਹਾ ਯੂ ਆਰ ਆਲ ਦਾਗੀ। ਹੁਣ ਇਹ ਫਿਰ ਵੀ ਕਿਸੇ ਨਾ ਕਿਸੇ ਰੂਪ ਵਿੱਚ ਆਰਗਨਾਈਜ਼ਡ ਨੇ, ਵਨ ਵੇ ਔਰ ਦੀ ਅਦਰ। ਲੋਕਾਂ ਨੇ ਆ ਜਿਹੜਾ ਕਾਡਰ ਹੈ ਨਾ ਅਕਾਲੀ ਦਲ ਦਾ, ਉਹ ਨਹੀਂ ਛੱਡਿਆ ਉਹਨਾਂ ਨੇ। ਦੇਖੋ ਪਾਰਟੀ ਕਦੋਂ ਤਾਕਤਵਰ ਹੁੰਦੀ ਹੈ, ਜਦ ਆਪਣਾ ਕਾਡਰ ਸਿਰ ਜੋ, ਜਾਂ ਦੂਜਾ ਕਾਡਰ ਜੇ ਦੂਜੀ ਪਾਰਟੀ ਜਦੋਂ ਐਨ ਮਾਸ ਕਾਡਰ ਆ ਜਾਵੇ, ਜਿਵੇਂ ਸ਼ਿਵ ਸੈਨਾ ਦਾ ਹੋਇਆ, ਸ਼ਿਵ ਸੈਨਾ ਦਾ ਸ਼ਿੰਦੇ ਆ ਗਏ ਨਾ, ਉਹ ਕਾਡਰ ਸਾਰਾ ਉਹਦੇ ਚਲਾ ਗਿਆ, ਐਨਸੀ ਦਾ ਐਨਸੀਬੀ ਦਾ ਚਲਾ ਗਿਆ, ਅਕਾਲੀ ਦਲ ਚ ਇਹ ਕਾਡਰ ਸ਼ਿਫਟ ਨਹੀਂ ਹੋਇਆ। ਉਹਨਾਂ ਦਾ ਆਪਣਾ ਕਾਡਰ ਜਿਹੜਾ ਉਹ ਡਿਸਔਰਗਨਾਈਜ਼ਡ ਹੈ, ਵੀਕ ਹੈ, ਔਰ ਕੀ ਸਕਦੇ ਆ ਕਿ ਅਸਪਸ਼ਟ ਹੈ, ਆਗੂ ਸੋ ਅਸਪਸ਼ਟ ਹੈ। ਸੋ ਮੈਂ ਸਮਝਦਾ ਕਿ ਇਸ ਵੇਲੇ ਇਹ ਹੰਬਲਾ ਵੀ ਸਿੰਘ ਸਾਹਿਬ ਨੂੰ ਮਾਰਨਾ ਪੈਣਾ, ਕਿਸੇ ਤਰੀਕੇ ਤੁਸੀਂ ਉਹਨਾਂ ਨੂੰ ਵੀ ਬੁਲਾ ਲਓ, ਜਾਂ ਤੇ ਆਪ ਆਰਗਨਾਈਜ਼ ਹੋ ਜਾਣ। ਹੁਣ ਅੱਜ ਮੇਰੀ ਕੁਛ ਗੱਲਾਂ ਨਾਲ ਬੰਦੇ ਨਾਲ ਗੱਲ ਹੋਈ, ਉਹ ਜਿਵੇਂ ਆਪਾਂ ਕਹਿੰਦੇ ਆਪਾਂ ਹਨੇਰੇ ਟੱਕਰਾਂ ਮਾਰਨੀਆਂ ਗੱਲ ਹੈ, ਉਹ ਸੋਚ ਹੋਏ ਆ ਕੀ ਜਿਹੜੀ ਕੱਲ੍ਹ ਦੀ ਘਟਨਾ ਵਾਪਰੀ, ਉਸ ਨਾਲ ਇੱਕ ਗੱਲ ਬੜੀ ਸਪਸ਼ਟ ਹੋ ਗਈ ਕਿ ਉਹਨਾਂ ਦੇ ਹੱਥੋਂ ਵੀ ਜਿਹੜੀ ਬਾਲ ਨਿਕਲ ਗਈ ਹੈ। ਐਂਟੀ ਬਾਦਲ ਸਟਾਂਸ ਲੈ ਕੇ ਤਾਂ ਰਾਜਨੀਤੀ ਕਰ ਰਹੀ ਸੀ ਜੀ ਉਹ, ਲੇਕਿਨ ਬਾਦਲ ਦੀ ਰਾਜਨੀਤੀ ਜਿਹੜੀ ਹੈ ਉਹ ਹੁਣ ਹਾਸ਼ੀ ਚਲੀ, ਬਹੁਤ ਹੀ ਹਾਸ਼ੀ ਚਲੀ ਗਈ, ਖਤਮ ਹੀ ਹੋ ਗਈ। ਹੁਣ ਕੀ ਕਰਨ, ਹੁਣ ਇਸੇ ਆ ਕੇ ਉਹਨਾਂ ਵਾਸਤੇ ਬੜੀ ਬੜੀ ਚੁਣੌਤੀ ਇਹ ਹੈ ਕਿ ਜਾਂ ਤਾਂ ਆਪਣੇ ਤੌਰ ਤੇ ਕੋਈ ਪ੍ਰੰਥਕ ਫਰੰਟ ਬਣਾ ਲੈਣ, ਕੋਈ ਵਿਜਨ ਬਣਾ ਜਾਣ, ਕੋਈ ਡਿਜਨਾ ਲਿਆਣ ਕੇ, ਤਾਂ ਕਿ ਉਹ ਬਾਈਪੋਲਰ ਪੋਲੀਟਿਕਸ ਬਣ ਜਾਏ, ਸਿੱਖਾਂ ਸਾਨੂੰ ਚੋਇਸ ਤਾਂ ਹੋਵੇ ਨਾ ਜੀ। ਸੁਖਬੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਹੈ, ਉਹ ਸਿੱਖਾਂ ਦੀ ਚੋਇਸ ਨਹੀਂ ਸੀ, ਮਜਬੂਰੀ ਸੀ, ਮਜਬੂਰੀ ਅਸੀਂ ਢੋਦੇ ਰਹੇ ਨੇ ਸਾਲ ਜੀ।
ਅੱਜ ਜਦੋਂ ਚੋਇਸ ਦਾ ਮੁੱਦਾ ਉਹਨਾਂ 'ਚ ਵੀ ਆ ਗਿਆ ਵੀ ਉਹ ਸਾਹਮਣੇ ਇੱਕ ਨਵਾਂ ਦਲ ਬਣੇਗਾ ਅਤੇ ਚੋਇਸ ਹੋ ਜਾਏਗੀ, ਅਤੇ ਜੇਕਰ ਇਹ ਵੀ ਅਗਰ ਔਰਗਨਾਈਜ਼ ਹੋ ਜਾਂਦੇ ਨੇ ਅੱਗੇ ਜਾ ਕੇ ਕਿਤੇ ਨਾ ਕਿਤੇ ਇਕੱਠੇ ਹੋ ਜਾਂਦੇ ਨੇ, ਤਾਂ ਮੈਂ ਸਮਝਦਾ ਕਿ ਬਹੁਤ ਵੱਡੀ ਸ਼ਕਤੀ ਬਣ ਜਾਏਗੀ ਪੰਥ ਦੀ। ਔਰ ਜਥੇਦਾਰ ਸਾਹਿਬ ਵਾਸਤੇ ਮੈਂ ਸਮਝਦਾ ਕਿਤੇ ਨਾ ਕਿਤੇ ਗੱਲ ਚਲਾਉਣ, ਸਾਡੀ ਬੇਨਤੀ ਉਹਨਾਂ ਨੂੰ ਕਿ ਅਸੀਂ ਕੋਸ਼ਿਸ਼ ਕਰਾਂਗੇ ਵੀ ਕਿਸ ਤਰੀਕੇ ਨਾਲ ਕਿ ਇੱਕ ਨਵੀਂ ਰਾਜਨੀਤੀ ਆਵੇ। ਸੋ ਮੇਰਾ ਕਹਿਣ ਦਾ ਭਾਵ ਕੀ ਹੈ ਕਿ ਸਮੁੱਚੇ ਤੌਰ 'ਤੇ ਚਾਹੇ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਹੈ ਅਤੇ ਚਾਹੇ ਉਹ ਸਿੱਖ ਰਾਜਨੀਤੀ ਅੱਜ ਦੂਜੇ ਧਿਰਾਂ ਦੀ ਰਾਜਨੀਤੀ ਪੰਥਕ ਧਿਰ ਕਹਿੰਦੀ ਹੈ, ਇਹ ਅਸਲ ਇੱਕ ਨਵੀਂ ਸ਼ੇਪ, ਨਵਾਂ ਰਸਤਾ ਔਰ ਨਵਾਂ ਵਿਜ਼ਨ ਅਤੇ ਨਵਾਂ ਨੈਰੇਟਿਵ ਉਹ ਮੰਗ ਕਰ ਰਹੀ ਹੈ। ਨੈਰੇਟਿਵ ਗੱਲ ਬੜੀ ਵੱਡੀ ਗੱਲ ਹੁੰਦੀ ਭਾਈ ਸਾਹਿਬ, ਵੀ ਤੁਹਾਡੇ ਕੋਲ ਸਾਰਾ ਕੁਛ ਤਾਂ ਹੈ ਲੇਕਿਨ ਨੈਰੇਟਿਵ ਨਹੀਂ ਹੈ, ਨਾ ਤੁਹਾਡੀ ਕੋਈ ਐਜੂਕੇਸ਼ਨ ਪੋਲਿਸੀ ਹੈ, ਨਾ ਤੁਹਾਡੇ ਕੋਲ ਇਕਨੋਮਿਕ ਪੋਲਿਸੀ ਹੈ, ਨਾ ਤੁਹਾਡੇ ਕੋਲ ਕਲਚਰਲ ਪੋਲਿਸੀ ਹੈ, ਨਾ ਤੁਹਾਡੇ ਕੋਲ ਪੰਜਾਬ ਨੂੰ ਕਿਸ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਹੈ, ਲੋਕਾਂ ਦੀ ਮਾਈਗ੍ਰੇਸ਼ਨ ਹੋ ਰਹੀ ਹੈ, ਲੋਕਾਂ ਦੀ ਡਰੱਗਸ ਨੇ, ਪਾਣੀ ਦੇ ਮਸਲੇ ਨੇ, ਕਿੰਨੇ ਇਸ਼ੂਜ਼ ਨੇ ਨਾ ਪੰਜਾਬ ਦੇ, ਕਿਸਾਨ ਲੜਦੇ ਪਏ ਨੇ, ਉਹਦੇ ਵਾਸਤੇ ਉਤਰਨਾ ਤਾਂ ਪਏਗਾ ਨਾ ਜੀ। ਤੋਂ ਪਹਿਲਾਂ ਨਰੇਟਿਵ ਸਿਰਜੋ ਰਲ ਮਿਲ ਕੇ, ਅਕਾਲੀ ਰਾਜਨੀਤੀ ਦਾ ਸਿੱਖ ਰਾਜਨੀਤੀ ਨਵਾਂ ਨਰੇਟਿਵ ਆ ਜਾਵੇ, ਜਥੇਦਾਰ ਸਾਹਿਬ ਇਸ ਵਾਸਤੇ ਬੜੀ ਵੱਡੀ ਭੂਮਿਕਾ ਨਿਭਾ ਸਕਦੇ ਨੇ। ਪਰ ਫਿਰ ਵੀ ਮੈਂ ਸਮਝਦਾ ਕਿ ਇਹ ਜ਼ਿਆਦਾਤਰ ਪੰਥ ਨੂੰ ਆਪਣੇ ਤੋਂ ਨਿਰਭਰ ਕਰਨਾ ਲੈਣਾ ਪਏਗਾ, ਜ਼ਿੰਮੇਵਾਰੀ ਹੈ ਵੀ। ਜਿਹੜੀ ਗੱਲ ਸੁਖਬੀਰ ਸਿੰਘ ਬਾਦਲ ਬਾਰੇ ਆਪਾਂ ਸ਼ੰਕਾ ਜ਼ਾਹਰ ਕਰਦੇ ਹਾਂ, ਸਿੱਖ ਵੀ ਜ਼ਾਹਰ ਕਰ ਰਹੇ ਨੇ, ਉਹ ਮੈਂ ਸਮਝਦਾ ਕਿ ਇਸ ਲਈ ਜਦੋਂ ਮੂਲ ਮੂਲ ਤਾਕਤ ਸਿੱਖਾਂ ਕੋਲ, ਲੋਕਾਂ ਕੋਲ, ਪੰਥ ਕੋਲ, ਇੰਸਟੀਟਿਊਸ਼ਨ ਕੋਲ ਹੈ, ਉਹ ਤਾਕਤ ਦਾ ਮੁਜ਼ਾਹਰਾ ਕਰਨਾ ਹੈ। ਸੁਖਬੀਰ ਬਾਦਲ ਨੇ ਰਾਜਨੀਤੀ ਸਵੱਛ ਹੋ ਕੇ ਜਾਂ ਸਾਫ਼ ਸੁਥਰਾ ਹੋ ਕੇ ਆਉਣਾ ਹੈ ਤਾਂ ਵਿਹਾਰ ਦੀ ਰਾਜਨੀਤੀ ਲਿਆ ਕੇ ਆਵੇ। ਪ੍ਰੈਕਟੀਕਲ ਪੋਲੀਟਿਕਸ ਉਹਦੇ ਕੋਲ ਕੋਲ ਕੀ ਹੈ, ਪ੍ਰੈਕਟੀਕਲ ਵਿਜ਼ਨ ਕੀ ਹੈ, ਅਲਟਰਨੇਟਿਵ ਵਿਜ਼ਨ ਕੀ ਹੈ, ਉਸ ਵਾਸਤੇ ਮੈਂ ਸਮਝਦਾ ਅਗਰ ਆ ਜਾਣ ਤਾਂ ਪ੍ਰਵਾਨ ਹੋ ਜਾਏਗਾ, ਕੋਈ ਗੱਲ ਨਹੀਂ, ਫਿਰ ਵਾਰੀ ਚੋਇਸ ਬਣ ਜਾਏਗੀ ਮੌਕੇ ਦੀ। ਪਰ ਫਿਰ ਵੀ ਮੈਂ ਸਮਝਦਾ ਕਿ ਇਸ ਲਈ ਬਿਲਕੁਲ ਆਪਾਂ ਕਹਿ ਦਿੰਦੇ ਚੁਰਾਹੇ 'ਤੇ ਖੜ੍ਹ ਗਈ ਸਾਡੀ ਰਾਜਨੀਤੀ। ਸਿੱਖ ਸਾਹਿਬ ਨੇ ਇੱਕ ਬੜਾ ਵੱਡਾ ਰਸਤਾ ਦਿਖਾ ਦਿੱਤਾ ਅਕਾਲ ਤਖਤ ਸਾਹਿਬ ਨੇ। ਆਮ ਤੌਰ 'ਤੇ ਜੋ ਦੇਖੋ ਜਿਵੇਂ ਜਥੇਦਾਰ ਸਾਹਿਬ ਨੂੰ ਦੁਬਾਰਾ ਕਾਲ ਕਰਕੇ ਉਹਨਾਂ ਨੂੰ ਵੀ ਕਿਹਾ ਗਿਆ ਤੁਸੀਂ ਦੋਸ਼ੀ ਹੋ, ਜਿਵੇਂ ਜਿਵੇਂ ਐਸ ਜੀ ਪੀ ਸੀ ਦੇ ਜਿਹੜੇ ਅੰਤਰਿਮ ਮੈਂਬਰ ਨੇ ਉਹਨਾਂ ਕੋਲ ਜਿਹੜਾ ਤੁਸੀਂ ਹਾਂ ਕਰਾ ਕੇ ਉਹ ਜਿਹੜਾ ਪੈਸਾ ਜਮ੍ਹਾਂ ਕਰਾਉਣਾ ਸੀ ਵਿਆਜ ਸਮੇਤ, ਉਹ ਕਿਹਾ ਗਿਆ ਸੁਖਬੀਰ ਬਾਦਲ ਸਾਰਿਆਂ ਨੂੰ ਕਿਹਾ ਗਿਆ। ਇਹ ਬੜੀਆਂ ਛੋਟੀਆਂ ਛੋਟੀਆਂ ਗੱਲਾਂ ਨਹੀਂ ਹੈਗੀਆਂ, ਇਹ ਬਹੁਤ ਵੱਡੀਆਂ ਗੱਲਾਂ ਨੇ। ਸੋ ਇੱਥੇ ਆ ਕੇ ਮੈਂ ਸਮਝਦਾ ਕਿ ਰਾਜਨੀਤੀ ਵੀ, ਧਰਮ ਇੰਸਟੀਟਿਊਸ਼ਨ ਵੀ, ਔਰ ਸਾਡੀਆਂ ਸਾਰੀਆਂ ਹੋਰ ਇੰਸਟੀਟਿਊਸ਼ਨ ਨੇ ਇਸ ਲਈ ਚੁਰਾਏ 'ਤੇ ਨੇ, ਸਿੱਖ ਪੰਥ ਦੇ ਵਿਦਵਾਨਾਂ ਨੂੰ ਔਰ ਸਾਰੇ ਸਾਡੇ ਸਿੱਖ ਸਿੱਖ ਸੰਗਤ ਨੂੰ, ਜਿਹੜੀ ਸਾਰੇ ਇਸ ਵਾਸਤੇ ਬੜੀ ਵੱਡੀ ਚੁਣੌਤੀ ਆ ਗਈ ਹੈ। ਇਸ ਨੂੰ ਹਲਕੇ 'ਚ ਨਾ ਲਓ, ਨਾ ਜਥੇਦਾਰ ਸਾਹਿਬ ਦੇ ਤੁਸੀਂ ਖਿਲਾਫ਼ ਬੋਲੋ, ਨਾ ਕਿਸੇ ਕਿਸ ਤਰੀਕੇ ਨਾਲ ਕਿਸੇ ਨਾਲ ਹੋਰ ਕਰੋ, ਲੇਕਿਨ ਸੰਜੀਦਾ ਹੋ ਜਾਓ, ਤਾਂ ਮੈਂ ਸਮਝਦਾ ਕਿ ਸਾਲ ਦੋ ਸਾਲ ਦੇ ਵਿੱਚ 2027 ਤੱਕ ਬੜਾ ਵੱਡਾ ਇੱਕ ਤਬਦੀਲੀ ਆ ਜਾਏਗੀ, ਜਿਸ ਨਾਲ ਕਿ ਪੰਥ ਪੰਜਾਬ ਇੱਕ ਨਵੀਂ ਸ਼ਕਤੀ ਲੈ ਕੇ ਉੱਭਰੇਗਾ। ਇਹ ਮੇਰਾ ਬਣ ਸ਼ੁਕਰੀਆ ਭਾਈ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।